सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज ऐप दैनिक सवेरा टाइम्स। यार हैरान हाँ मैं बंदियां दे हैरान हाँ यार ना ही पहली मैं पहले ही ये गल कहता ना भी मेरा ना कोई सिद्धू ना रौला ना मेरा उसना रौला अपने सारे भरा और बंदियां दी सोच ते हैरान यार भी इन्ने इन्ने लैवल तक बंदे गिर सकदे आ तुसीं उहनां दीआं मावां भैणां नूं भैणा मावां क्या होया उहनां दे हत्थां दीआं रोटियां खाधियां होईआं सनी सी अज भी मेरे बई तू दंदा दे पैसे मिलदे यार की यार व्हाट द फक व्हाट द फक ਕਿਹੜੀਆਂ ਗੱਲਾਂ ਵਿਚਾਰਾ ਸਿੱਧੂ ਆ ਉਹਨੇ ਉਹਨੇ ਕੋਈ ਇੱਦਾਂ ਦੀ ਗੱਲ ਕੋਈ ਨਹੀਂ ਮੈਂ ਲਾਈਵ ਦੇਖਿਆ ਜੀ ਪਹਿਲਾਂ ਵਾਲਾ ਮੈਂ ਦੇਖਿਆ ਅੱਜ ਹੁਣ ਲਿਖਲੀ ਜੇ ਦੇਖਿਆ ਜੀ ਜਵਾਬ ਦਿੱਤਾ ਜੀ ਯਾਰ ਕਿਹੜੀਆਂ ਗੱਲਾਂ ਉਸਤਾਦ ਕਰੀ ਜਾਂਦੇ ਤੁਸੀਂ ਯਾਰ ਹੁਣ ਸਿੱਧੂ ਦੀਆਂ ਗੱਲਾਂ ਵੀ ਮੈਂ ਸੁਣੀਆਂ ਉਹਦੀਆਂ ਵੀ ਗੱਲਾਂ 'ਚ ਜਾਇਜ਼ ਯਾਰ ਸਹੀ ਆ ਉਹਦੀਆਂ ਗੱਲਾਂ ਵੀ ਕਹੀ ਵੀ ਯਾਰ ਮੈਂ ਉੱਧਰ ਹੁੰਦਾ ਤਾਂ ਉਹਨਾਂ ਦੇ ਕੰਮ ਕਰਦਾ ਇੱਧਰ ਹੁੰਦਾ ਤਾਂ ਮੈਂ ਕਿਹੜੇ ਨਾਲ ਕੰਮ ਕਰਦਾ ਯਾਰ ਸੁੱਕੇ ਯਾਰ ਇਹ ਬਿਜ਼ਨਸ ਆ ਬਰੋ ਕਰਦਾ ਵਧੀਆ ਉਹਦਾ ਕੰਮ ਆ ਉਹਨੂੰ ਸੂਟ ਕਰਦਾ ਉਹ ਕਰਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਸ ਵਕਤ ਸਿੱਧੂ ਮੂਸੇਵਾਲਾ ਬਿਗ ਬਰਡ ਅਤੇ ਸਨੀ ਮੌਲਟਨ ਦੀ ਕੰਟਰੋਵਰਸੀ ਕਾਫੀ ਜ਼ਿਆਦਾ ਗਰਮਾਈ ਹੋਈ ਹੈ ਔਰ ਇਹਨਾਂ ਦੀ ਕੰਟਰੋਵਰਸੀ ਨੂੰ ਲੈ ਕੇ ਬੋਲੇ ਨੇ ਪੰਜਾਬੀ ਗਾਇਕ ਪੌਲ ਜੀ ਜਿਨ੍ਹਾਂ ਦਾ ਗਾਣਾ ਕਰਨ ਔਜਲਾ ਦੇ ਨਾਲ ਅਲਕੋਹਲ ਵੀ ਰਿਲੀਜ਼ ਹੋਇਆ ਸੀਗਾ ਖਾਸ ਗੱਲ ਇਹ ਹੈ ਕਿ ਇਸ ਗਾਇਕ ਨੇ ਸਿੱਧੂ ਮੂਸੇਵਾਲੇ ਦੀ ਸਪੋਰਟ ਵੀ ਕੀਤੀ ਹੈ ਅਤੇ ਬਿਗ ਬਰਡ ਸਨੀ ਮੌਲਟਨ ਤੇ ਕਰਨ ਔਜਲਾ ਦੇ ਬਾਰੇ ਖੁੱਲ੍ਹ ਕੇ ਗੱਲਾਂ ਬਾਤਾਂ ਵੀ ਕੀਤੀਆਂ ਨੇ ਆ ਤੁਹਾਨੂੰ ਦਿਖਾਉਂਦੇ ਹਾਂ ਜੀ ਕੀ ਗੱਲਾਂ ਕੀਤੀਆਂ ਨੇ ਪੌਲ ਜੀ ਨੇ ਇਸ ਕੰਟਰੋਵਰਸੀ ਦੇ ਬਾਰੇ ਸਿੱਧੂ ਦੀ ਮੈਂ ਦੇਖਦਾ ਸੀ ਸਨੈਪਚੈਟ ਸੌਰੀ ਇੰਸਟਾਗ੍ਰਾਮ ਲਾਈਵ ਉਹਦਾ ਦੇਖਦਾ ਸੀਗਾ ਸਨੀ ਦਾ ਵੀ ਯਾਰ ਹੈਰਾਨ ਹਾਂ ਮੈਂ ਬੰਦਿਆਂ ਦੇ ਹੈਰਾਨ ਹਾਂ ਯਾਰ ਨਾ ਹੀ ਪਹਿਲੀ ਮੈਂ ਪਹਿਲਾਂ ਇਹ ਗੱਲ ਕਹਿੰਦਾ ਨਾ ਵੀ ਮੇਰਾ ਨਾ ਕੋਈ ਸਿੱਧੂ ਨਾਲ ਰੌਲਾ ਨਾ ਮੇਰਾ ਉਹਦੇ ਨਾਲ ਰੌਲਾ ਆਪਣੇ ਸਾਰੇ ਭਰਾ ਪਰ ਬੰਦਿਆਂ ਦੀ ਸੋਚ ਤੇ ਹੈਰਾਨ ਹਾਂ ਯਾਰ ਵੀ ਇੰਨੇ ਲੈਵਲ ਤੱਕ ਬੰਦੇ ਗਿਰ ਸਕਦੇ ਆ ਤੁਸੀਂ ਉਹਨਾਂ ਦੀਆਂ ਮਾਵਾਂ ਭੈਣਾਂ ਨੂੰ ਭੈਣਾਂ ਮਾਵਾਂ ਕਿਹਾ ਹੋਇਆ ਵਾ ਉਹਨਾਂ ਦੇ ਹੱਥਾਂ ਦੀਆਂ ਰੋਟੀਆਂ ਖਾਧੀਆਂ ਹੋਈਆਂ ਤੁਸੀਂ ਯਾਰ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਯਾਰ ਉਹਨਾਂ ਨੂੰ ਬੋਲੀ ਜਾਂਦੇ ਯਾਰ ਵੀ ਅਸਨੀ ਸੀ ਅੱਜ ਵੀ ਮੇਰੇ ਬਾਈ ਤੂੰ ਦੰਦਾਂ ਦੇ ਪੈਸੇ ਮੋੜਦੇ ਯਾਰ ਕੀ ਯਾਰ ਵੱਧ ਫੱਕ ਮੈਂ ਵੱਧ ਫੱਕ ਕਿਹੜੀਆਂ ਗੱਲਾਂ ਉਹ ਵਿਚਾਰਾ ਸਿੱਧੂ ਆ ਉਹਨੇ ਉਹਨੇ ਕੋਈ ਇੱਦਾਂ ਦੀ ਗੱਲ ਕੋਈ ਨਹੀਂ ਮੈਂ ਲਾਈਵ ਦੇਖਿਆ ਜੀ ਪਹਿਲਾਂ ਵਾਲਾ ਮੈਂ ਦੇਖਿਆ ਮੈਂ ਅੱਜ ਹੁਣ ਲੇਟਲੀ ਜੇ ਦੇਖਿਆ ਜੀ ਜਵਾਬ ਦਿੱਤਾ ਸੀ ਉਹਨੇ ਯਾਰ ਕਿਹੜੀਆਂ ਗੱਲਾਂ ਉਸਤਾਦ ਕਰੀ ਜਾਂਦੇ ਤੁਸੀਂ ਯਾਰ ਅਤੇ ਵੀ ਯਾਰ ਆਪਾਂ ਇੱਕ ਮੈਂ ਗਾਣੇ ਦੀ ਵੀ ਗੱਲ ਕਰਨੀ ਸੀ ਗਾਣੇ ਵੀ ਉਹਦੀ ਗੱਲ ਬਾਅਦ 'ਚ ਕਰਦਾ ਮੈਂ ਜਿਹੜਾ ਅਲਕੋਹਲ 3 ਆਇਆ ਹੋਇਆ ਲੀਕ ਕੀਤਾ ਉਹੀ ਮੈਨੂੰ ਪਤਾ ਲੱਗਾ ਕਿਹੜੇ ਬੰਦੇ ਨੇ ਲੀਕ ਕੀਤਾ ਉਹਦੀ ਮੈਂ ਯਾਰ ਸ਼ਾਮ ਨੂੰ ਲਾਉਣਾ ਕਲਾਸ ਤੇਰੇ ਯਾਰ ਵਿੱਚ ਅੱਗ ਬੜੀ ਹੈ ਕਰਨੇ ਦਾ ਅਤੇ ਮੇਰਾ ਸੀ ਗਾਣਾ 2 ਸਾਲ ਪਹਿਲਾਂ ਪਰ ਇਹ ਤਾਂ ਬਾਅਦ 'ਚ ਟੋਪਿਕ 'ਤੇ ਉਹਨਾਂ ਪਹਿਲਾਂ ਸਿੱਧੂ ਦਾ ਗੱਲ ਕਰਦੇ ਉਹਦਾ ਯਾਰ ਬਾਈ ਤੁਸੀਂ ਇੱਕ ਦੂਜੇ ਦੀਆਂ ਮਾਂ ਭੈਣਾਂ ਨੂੰ ਕਿਹਾ ਹੋਇਆ ਯਾਰ ਖੜਦਾ ਘਰੇ ਬੈਠੇ ਆ ਹੁਣ ਥੋੜ੍ਹਾ ਕੋਈ ਬਿਜ਼ਨਸ ਆ ਔਨਲਾਈਨ ਕੰਮ ਆ ਪੈਸਾ ਬੰਦੇ ਦਾ ਦਿਮਾਗ ਖਰਾਬ ਕਰਨਾ ਨੋ ਡਾਊਟ ਜਦੋਂ ਅੰਨਾ ਪੈਸਾ ਆਉਣ ਲੱਗ ਜਾਏ ਨਾ ਉਹ ਵੀ ਨਜਾਇਜ਼ ਆਉਣ ਲੱਗ ਜਾਏ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਹੁਣ ਸਿੱਧੂ ਦੀਆਂ ਗੱਲਾਂ ਵੀ ਮੈਂ ਸੁਣੀਆਂ ਉਹਦੀਆਂ ਵੀ ਗੱਲਾਂ 'ਚ ਜਾਇਜ਼ ਯਾਰ ਸਹੀ ਆ ਉਹਦੀਆਂ ਗੱਲਾਂ ਵੀ ਕਹੀ ਵੀ ਯਾਰ ਮੈਂ ਉੱਧਰ ਹੁੰਦਾ ਤਾਂ ਉਹਨਾਂ ਦਾ ਕੰਮ ਕਰਦਾ ਇੱਧਰ ਹੁੰਦਾ ਤਾਂ ਮੈਂ ਕਿਹੜੇ ਨਾਲ ਕੰਮ ਕਰਦਾ ਯਾਰ ਸੁੱਕੇ ਯਾਰ ਇਹ ਬਿਜ਼ਨਸ ਆ ਬਰੋ ਕਰਦਾ ਵਧੀਆ ਉਹਦਾ ਕੰਮ ਆ ਉਹਨੂੰ ਸੂਟ ਕਰਦਾ ਉਹ ਕਰਦਾ ਆਪਣਾ ਨਾਂ ਸਿੱਧੂ ਦੇ ਨਾਂ ਆਪਣਾ ਕੋਈ ਆਪਣਾ ਡਾ ਛਿੱਟੇ ਉੱਟੇ ਮਾਰਨ ਦੀ ਆਦਤ ਨਹੀਂ ਤੁਹਾਨੂੰ ਪਤਾ ਹੈ ਮੇਰੇ ਸਵਾਲ ਆਪਣਾ ਬੰਦਾ ਸਹੀ ਆ ਉਹਨੂੰ ਸਹੀ ਕਹੀ ਜਿਹੜਾ ਗਲਤ ਆ ਤੁਹਾਨੂੰ ਗਲਤ ਕਹੀਦਾ ਜਿੰਨੀ ਗੱਲ ਕਹੋ ਇਹਨਾਂ ਨੂੰ ਰਹੇ ਹਾਂ ਇਕੱਠੇ ਰਹੇ ਹਾਂ ਸਿੱਧੂ ਨਾਲ ਵੀ ਸਨੀ ਨੂੰ ਤਾਂ ਮੈਂ ਮਿਲਿਆ ਨਹੀਂ ਬਰਡ ਨੂੰ ਮਿਲਿਆ ਸੀ ਮੈਂ ਲੁਧਿਆਣੇ ਸ਼ੋਅ 'ਤੇ ਉਦੋਂ ਬੜੀ ਗੱਲ ਨਹੀਂ ਹੋਈ ਉਦੋਂ ਰਸ਼ ਬੜਾ ਸੀਗਾ ਵੀ ਯਾਰ ਕਿਹੜੀਆਂ ਗੱਲਾਂ ਯਾਰ ਸਤਾਹ ਤੁਸੀਂ ਕਰੀ ਜਾਂਦੇ ਇੱਕ ਦੂਜੇ ਨਾਲ ਵੀ ਵੀ ਯਾਰ ਥੋੜ੍ਹੇ ਸਿਆਣ ਵੀ ਸੰਸੀਅਰ ਸਿੱਧੂ ਆਪ ਵੀ ਸਿਆਣਾ ਬੰਦਾ ਵਾ ਇੰਨੀ ਪੜ੍ਹਿਆ ਪੜ੍ਹਿਆ ਲਿਖਿਆ ਫੈਮਿਲੀ ਵਾਲਾ ਵਾ ਫਾਦਰ ਸਾਹਿਬ ਬਹੁਤ ਘੈਂਟ ਬੰਦੇ ਸਿੱਧੂ ਦੇ ਲੜਕੇ ਆ ਉਦਣੇ ਉਹਨਾਂ ਨੇ ਫੌਜ 'ਚ ਸੀ ਆਈ ਥਿੰਕ ਦੱਸਦਾ ਸਿੱਧੂ ਮੈਨੂੰ ਅਤੇ ਵਧੀਆ ਫੈਮਿਲੀ ਉੱਧਰ ਸਨੀ ਦੀ ਸਨੀ ਦੀ ਯਾਰ ਬਰਡ ਦੀ ਫੈਮਿਲੀ ਵਧੀਆ ਯਾਰ ਤੁਸੀਂ ਸਾਰੇ ਪੜ੍ਹੀਆਂ ਲਿਖਿਆ ਮਿਹਨਤੀ ਪਰਿਵਾਰ ਵਾਲੇ ਬੰਦੇ ਹੋ ਯਾਰ ਨੇ ਸਿੱਧੂ ਕਾਕਾ ਬਰਡ ਨੇ ਬਰਡ ਨੇ ਮਿਹਨਤ ਬਹੁਤ ਕੀਤੀ ਆ 2012 'ਚ ਫ੍ਰੈਂਚ ਮੰਡਾ ਨੇ ਮਿਊਜ਼ਿਕ ਦਿੱਤਾ 2012 'ਚ ਆਮ ਯਾਰ ਸਾਰੇ ਮਿਲਦੀ ਬੰਦੇ ਤੁਸੀਂ ਕੀ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਇਕੱਠਿਆਂ ਨੇ ਤੁਸੀਂ ਰੇਜ਼ ਕੀਤਾ ਹੁਣ ਸਾਡੇ 'ਚ ਆ ਵੀ ਤੁਸੀਂ ਕਿੰਨਾ ਕੁਛ ਦੇਖਿਆ ਮੇਰੇ 'ਤੇ ਕਰਨ ਦੇ ਲਈ ਕਿੰਨਾ ਕੁਛ ਸਾਡੇ 'ਤੇ ਹੋਇਆ ਹੈ ਨਾ ਚੱਲ ਪਾਸੇ ਹਾਸੇ ਹੋ ਗਈ ਟੀਮਾਂ ਬਸ ਟੁੱਟ ਗਈਆਂ ਪਰ ਅੱਜ ਤੱਕ ਮਤਲਬ ਨਹੀਂ ਸਾਡੇ ਵੀ ਸਾਨੂੰ ਕੋਈ ਬੰਦਾ ਕਹਿ ਦੇ ਵੀ ਯਾਰ ਤੂੰ ਇੱਦਾਂ ਇੱਦਾਂ ਕਰਕੇ ਵੀ ਮੈਂ ਆਪਦੀ ਗਰੰਟੀ ਲੈਂਦਾ ਵਾ ਵੀ ਮੈਂ ਕਦੇ ਵੀ ਕਿਸੇ ਬੰਦੇ ਕੋਲ ਕਿਹਾ ਹੋਵੇ ਵੀ ਯਾਰ ਕਰਨੇ ਅਤੇ ਕਦੇ ਵੀ ਨੈਵਰ ਐਵਰ ਨੋਟ ਈਵਨ ਸਿੰਗਲ ਪਰਸਨ ਠੀਕ ਆ ਯਾਰ ਕਮੀਆਂ ਸੀਗੀਆਂ ਆਪਦੇ ਸੀਗੀਆਂ ਉਹਨਾਂ ਸੀਗੀਆਂ ਪਰ ਕਦੇ ਨਹੀਂ ਵੀ ਉਵੇਂ ਸੋਸ਼ਲ ਮੀਡੀਆ 'ਤੇ ਜਾ ਕੇ ਗਾਲਾਂ ਕੱਢੀ ਆ ਉਹ ਜੇ ਕਰੀ ਆ ਉਹ ਕਰੀ ਆ ਉਹ ਯਾਰ ਠੀਕ ਆ ਯਾਰ ਉਹ ਆਪਦੇ ਰਾਹ ਵਧੀਆ ਆਪਾਂ ਆਪਦੇ ਰਾਹ ਠੀਕ ਆ ਕੋਈ ਜਦੋਂ ਟਾਈਮ ਆਊ ਉਹਨੂੰ ਸਹਾਰ ਲਾਂਗੇ
ਗਲਤੀਆਂ ਸੁਧਾਰ ਲਾਂਗੇ। ਚਲੋ ਪਾਸੇ ਹੋਏ ਹਾਂ, ਕਿਸੇ ਰੀਜ਼ਨਸ ਕਰਕੇ ਹੋ ਗਏ ਪਾਸੇ ਹੋਏ, ਉਹਦਾ ਰੀਜ਼ਨ ਵੀ ਮੈਂ ਦੱਸਣਾ, ਮੇਨ ਰੀਜ਼ਨ ਸੀਗਾ ਪਾਸੇ ਹੋਣ ਦਾ। ਅਤੇ ਪਰ ਅੱਜ ਤੱਕ ਮਜ਼ਾਲ ਨਹੀਂ, ਨਾ ਕਦੇ ਸੰਦੀਪ ਨੂੰ, ਨਾ ਕਦੇ ਕਰਨੇ ਨੂੰ, ਕਾਂ ਕਿਸੇ ਹੋਰ ਕਿਸੇ ਬੰਦੇ ਨੂੰ ਆਪਾਂ ਮੈਂ ਅੱਜ ਤੱਕ ਮਾੜਾ ਨਹੀਂ ਕਿਹਾ ਕਿਸੇ ਕੋਲ, ਨਾ ਹੀ ਉਹਨਾਂ ਦੀ ਪਿੱਠ ਸੁਣਦੀ ਹੈ, ਨਾ ਹੀ ਉਹਨਾਂ ਨੇ ਕਦੇ ਵੀ ਠੀਕ ਆ ਯਾਰ ਗਲਤੀਆਂ ਮਜ਼ਬੂਰੀਆਂ ਹੋ ਜਾਂਦੀਆਂ, ਸਮਾਂ ਆਉਂਦਾ ਕੋਈ ਪਾਸੇ ਹੋ ਗਏ। ਪਰ ਇਹਦਾ ਕੀ ਮਤਲਬ ਹੈ ਯਾਰ, ਮੈਂ ਹੁਣ ਉਹਦੀਆਂ ਮਾਮਾ ਭੈਣਾਂ ਨੇ ਇਕੱਠੇ ਰਹੇ ਹਾਂ, ਕਰਨ ਘਰੇ ਘਰੇ ਰਹੇ ਹਾਂ, ਛੱਤ ਥੱਲੇ ਰਹੇ ਹਾਂ 4-5 ਸਾਲ। ਪਰ ਥੋੜ੍ਹਾ ਤਰਸ ਆਉਂਦਾ ਹੁੰਦਾ ਉਹਨਾਂ ਦੀਆਂ ਫੈਮਲੀਆਂ 'ਤੇ, ਤਰਸ ਆਉਂਦਾ ਹੁੰਦਾ ਵੀ ਉਹਨਾਂ ਦੇ ਘਰਦਿਆਂ ਦੀ ਕੀ ਬੀਤਦੀ ਹੋਊਗੀ। ਸਿੱਧੂ ਦੇ ਘਰਦਿਆਂ ਦੇ ਇੰਨੇ ਵਿਚਾਰੇ ਮਾਤਾ ਵਾ, ਉਹਦਾ ਘਰ ਡੈਡੀ ਆ, ਬਿਕੋਜ਼ ਮੈਂ ਇਹ ਚੀਜ਼ਾਂ ਦੇਖੀਆਂ ਆਪਦੀ ਫੈਮਲੀ, ਜਦੋਂ ਸਾਡੇ 'ਤੇ ਚੱਕਰ ਪਏ ਇੰਨੇ ਪਏ ਆ, ਜਦੋਂ ਕਰਨਾ ਪਾਸੇ ਹੋਏ ਅਸੀਂ ਪਾਸੇ ਟੀਮ ਟੁੱਟੀਆਂ, ਘਰ ਮਾਤਾ ਦਾ ਬੁਰਾ ਹਾਲ ਹੁੰਦਾ ਸੀ, ਬਿਕੋਜ਼ ਮਾਤਾ ਮੈਂ ਇੱਥੋਂ ਵੱਧ ਕਰਨ ਦਾ ਕਰਦੀ ਸੀ, 24 ਘੰਟੇ ਇਕੱਠੇ ਰਹਿਣਾ। ਅਤੇ ਅੱਜ ਵੀ ਹੁਣ ਵੀ ਕਰਨ ਦਾ ਕਰਦੀ ਆ, ਮੈਥੋਂ ਜ਼ਿਆਦਾ ਕਰਦੀ ਆ, ਫੋਨ ਉਹਨਾਂ ਦਾ ਕਰਨ ਦਾ ਕਰੇ, ਅਤੇ ਮੈਂ ਸਿਸਟਰ ਆ ਕਰਨ ਦੀ ਆ, ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਕਦੇ ਨਹੀਂ ਯਾਰ ਸੋਚਿਆ ਵੀ ਯਾਰ ਇਹ ਚੀਜ਼ਾਂ ਕਦੇ ਠੀਕ ਆ ਯਾਰ, ਇਸ ਬਿਜ਼ਨਸ ਔਨ ਦਾ ਸਾਈਡ, ਪਰ ਫੈਮਲੀ ਰਿਲੇਸ਼ਨਸ ਹੁੰਦੇ ਆ ਤਾਂ ਸਾਰਿਆਂ ਦੇ। ਹੁਣ ਆਪਾਂ ਬਦਲ ਨਹੀਂ ਸਕਦੇ ਕਿਸੇ ਨੂੰ, ਵਿਚਲੇ ਬੰਦੇ ਕਈ ਵਾਰ ਹੁੰਦੇ ਆ ਸਵਾਦ ਲੈਣ ਵਾਲੇ, ਉਹ ਲਈ ਜਾਂਦੇ ਆ, ਹਜੇ ਵੀ ਲਈ ਜਾਂਦੇ ਆ, ਕਦੋਂ ਉਹਨਾਂ ਦੀ ਰੋਟੀ ਤੁਰਦੀ ਆ ਇਹ ਚੀਜ਼ ਤੋਂ, ਵੀ ਜੇ ਆਪਾਂ ਨਾ ਕਹਾਂਗੇ ਕਿਸੇ ਨੂੰ, ਕੁਐਸਚਨ ਨੂੰ ਨਾ ਕਹਾਂਗੇ ਤਾਂ ਸਾਡੀ ਟੀਮਾਂ ਵੀ ਐਂ ਟੁੱਟੀਆਂ, ਵਿਚਲੇ ਬੰਦਿਆਂ ਨੂੰ ਅਸੀਂ ਸਾਡਾ ਭਾਅ ਭੈਣੋਂ ਹਟ ਜਾਣਾ, ਵੀ ਸਾਡਾ ਨਹੀਂ ਕੋਈ ਰਹਿਣਾ ਜੇ ਇਕੱਠੇ ਹੋਵੋਗੇ ਤਾਂ। ਸੋ ਹੌਲੀ 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 ਬੰਦੇ ਨੂੰ ਸਮਝ ਆ ਰਹੀ ਆ, ਹੌਲੀ ਹੌਲੀ ਬੰਦੇ ਸਿਆਣੇ ਹੋ ਰਹੇ ਆ, ਕਰਨਾ ਸੀ ਉਦੋਂ ਚਲੋ ਉਮਰ ਛੋਟੀ ਸੀ, ਅਤੇ ਸਾਰੇ ਨਵੇਂ ਸੀ, ਸੰਦੀਪ ਹੁਣੀ ਸਾਰੇ ਨਵੇਂ, ਅਸੀਂ ਵੀ ਨਵੇਂ, ਮੈਂ ਵੀ ਨਵਾਂ ਸੀ, ਪਰ ਮੈਂ ਪਹਿਲਾਂ 2010 ਤੋਂ ਸ਼ੋਅ ਸ਼ੂ ਕਰਾਏ ਕਰਕੇ ਮੈਨੂੰ ਭੇਜਤੀ ਸੀ, ਜਦੋਂ ਮੈਂ 2000 ਸੰਦੀਪ ਦਾ ਮਿੱਥੋਂ ਪਹਿਲਾਂ ਦੇ ਬਾਹਰ ਗਏ, ਮੈਂ 2007 'ਚ ਬਾਹਰ ਗਏ, ਮੈਂ 2010 'ਚ ਪਹਿਲਾਂ ਸ਼ੋਅ ਕਰਾਤਾ ਸੀ ਇੱਥੇ ਆਪਦੇ ਸਿਰ 'ਤੇ, ਸਿੱਪੀ ਗੱਲਬਾਈ ਦਾ, ਅਤੇ ਉਦੋਂ ਲਾਵੀ ਦਾ, ਹਾਂ ਲਾਵੀ ਦਾ ਬਾਈ ਸੀ, ਅਤੇ 4-5 ਦੀਪ ਢਿੱਲੋਂ ਨੂੰ ਉਦੋਂ ਮੈਂ ਸ਼ੋਅ ਕਰਾਤਾ ਸੀ ਉਹਨਾਂ ਦਾ। ਆਪਾਂ ਥੋੜ੍ਹਾ ਤੁਰਿਆ ਫਿਰੇ, ਧੱਕੇ ਵੱਲ ਵੱਧ ਖਾਧੇ ਹੋਏ ਆ, ਅਤੇ ਧੱਕੇ ਤਾਂ ਸਾਰੇ ਨਹੀਂ ਖਾਧੇ, ਪਰ ਆਪਾਂ ਆਪਦੇ ਵਿਆਹ ਮੈਂ ਆਪ ਬਹੁਤ ਧੱਕੇ ਖਾਧੇ ਹੋਏ, ਅਤੇ ਪਰ ਇਹਨਾਂ ਦੀ ਦੇਖ ਕੇ ਹਾਲਾਤ ਯਾਰ ਹੁੰਦਾ ਹੁੰਦਾ ਵੀ ਇਹ ਕਿੱਧਰ ਨੂੰ, ਹਜੇ ਤਾਂ ਇਹ ਸ਼ੁਰੂਆਤ ਆ, ਇਹ ਚੀਜ਼ਾਂ ਦੀ ਸ਼ੁਰੂਆਤ ਆ ਹਜੇ, ਵੀ ਇੱਕ ਦੂਜੇ ਦੀਆਂ ਰੀਸਾਂ ਲਾਈ ਜਾਂਦੇ ਤੁਸੀਂ, ਉਹਨੂੰ ਸਨੀ ਲਾਈ ਜਾਂਦਾ ਰੀਸਾਂ ਸਿੱਧੂ ਦੀਆਂ, ਬਾ 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 ਯਾਰ ਕਿੱਧਰੋਂ ਸਿੱਧੂ ਵੀ ਯਾਰ ਕੀ ਯਾਰ ਬ੍ਰੋ ਖਮਾਨ ਬ੍ਰੋ ਖਮਾਨ ਯਾਰ ਇੰਨਾ। ਹਾਂ ਸ਼ੁਰੂ ਉਹਨਾਂ ਨੇ ਕੀਤਾ, ਨੋ ਡਾਊਟ, ਸ਼ੁਰੂ ਸਿੱਧੂ ਬਾਅਦ 'ਚ ਬੋਲਿਆ, ਸ਼ੁਰੂ ਉਹਨਾਂ ਨੇ ਕਿਹਾ ਕਿ ਅੱਕਿਆ ਬੰਦਾ ਹੁਣ ਕਰੂ ਕੀ ਯਾਰ, ਅੱਕਿਆ ਬੰਦਾ ਹੁਣ ਕਰੂ ਕੀ ਬੋਲੂਗਾ ਜੀ। ਸੋ ਮੇਰੀ ਤਾਂ ਇਹੀ ਇਹਨਾਂ ਨੂੰ ਹੈਗੀ ਆ ਟੋਪਿਕ ਨੂੰ ਯਾਰ, ਕਿਉਂ ਐਵੇਂ ਵੱਧ ਬੋਲਿਆ, ਇਹਨੂੰ ਪਬਲਿਸਿਟੀ ਨਹੀਂ ਕਹਿ ਸਕਦੇ, ਇਹਨਾਂ ਦੀ ਸੱਚੀ ਲੜਾਈ ਇਹਨਾਂ ਦੀ ਹੋਈ ਆ, ਕਈ ਦਿਨ ਹੁੰਦਾ ਵੀ ਪਬਲਿਸਿਟੀ ਕਰਦੇ ਹਨ ਉਹਨਾਂ ਨੂੰ, ਯਾਰ ਕਿਹੜਾ ਵਿਹਲਾ ਵਾ, 40-40 ਮਿੰਟ ਘੰਟਾ ਘੰਟਾ ਬੈਠਾ, ਕੋਈ ਵਿਹਲਾ ਨਹੀਂ ਯਾਰ ਹੈਗਾ ਇੱਥੇ, ਘੰਟੇ ਘੰਟੇ ਉੱਤੇ ਵਿਚਾਰ, ਉੱਧਰੋਂ ਸਨੀ ਬਾਹਰ ਬੈਠਾ ਘੰਟਾ ਕਰ ਲਾ, ਅੱਜ ਮੈਂ ਉਹਦੀ ਲਾਈਵ ਦੇਖਦਾ ਸੀ, ਅਤੇ ਮੈਂ ਹੁਣ ਦੂਜਾ ਦੇਖਦਾ ਸੀਗਾ ਉਹਦੀ, ਉੱਧਰੋਂ ਸਿੱਧੂ 40-50 ਮਿੰਟ ਲਾਈਵ, ਯਾਰ ਇੰਨਾ ਟਾਈਮ ਯਾਰ, ਕੰਮ ਵਾਲੇ ਬੰਦੇ ਹਾਂ ਉਸਤਾਦ ਆਪਾਂ ਸਾਰੇ, ਪਰ ਆਪਾਂ ਕਿਸੇ ਨੂੰ ਸਮਝਾ ਨਹੀਂ ਸਕਦੇ, ਪਰ ਮੈਂ ਆਪਾਂ ਕਿਸੇ ਨੂੰ ਸਮਝਾ ਲਿਆ, ਸਾਡੇ 'ਚ 20 ਵਾਰੀ ਸਾਰੀ ਲੜਾਈਆਂ ਹੋਈਆਂ, ਐਲੀ ਨਾਲ 20 ਵਾਰੀ ਲੜਾਈਆਂ ਹੋਈਆਂ ਵਾ, ਪਰ ਕਦੇ ਮਤਲਬ ਨਹੀਂ ਆਪਸ ਵਿੱਚ ਹੀ ਬੋਲ ਚਾਲਾ ਭਰਾ ਵਾ ਯਾਰ, ਕਿੱਡੀ ਗੱਲ ਆ, ਵੈਸੇ ਗਲਤੀਆਂ ਹੋ ਜਾਂਦੀਆਂ ਵਾ, ਥੋੜ੍ਹਾ ਰਾਬਾਂ ਖਾਧੀ ਪੀਤੀ 'ਚ ਹੋ ਜਾਂਦਾ, ਪਰ ਮਤਲਬ ਨਹੀਂ ਯਾਰ ਇਹ ਚੀਜ਼ਾਂ ਵੀ ਪਤਾ ਕਿਵੇਂ ਲੱਗ ਯਾਰ ਕਿਸੇ ਨੂੰ, ਹਾਂ ਯਾਰ ਠੀਕ ਹੈ, ਐਨੀਵੇਜ਼ ਆਲ ਗੁੱਡ, ਕੀ ਕਹਿ ਸਕਦੇ ਹੁਣ ਉਹਨਾਂ ਦੀ ਲਾਈਫ, ਪਰ ਰਿਕੁਐਸਟ ਆ ਮੇਰੀ ਦੋਨਾਂ ਨੂੰ ਵੀ ਬਹਿ ਕੇ ਗੱਲ ਕਰੋ, ਮੈਂ ਤਾਂ ਕੌਣ ਨਾ ਰਿਕੁਐਸਟ ਕਰਨਾ, ਮੈਨੂੰ ਤਾਂ ਕੋਈ ਭਾਅ ਨਹੀਂ, ਆਪਾਂ ਛੱਟੇ ਉੱਟੇ ਮਾਰਨ ਦੀ ਆਦਤ ਨਹੀਂ, ਤੁਹਾਨੂੰ ਪਤਾ ਹੈ ਮੇਰੇ ਸੁਭਾਅ ਦਾ, ਪਰ ਐਜ਼ ਏ ਹਿਊਮਨ ਬੀਂਗ ਕਹਿੰਦਾ, ਉਹਨਾਂ ਦੀ ਫੈਮਲੀ ਨੂੰ ਦੇਖ ਕੇ ਕਹਿੰਦਾ ਵੀ ਬਹੁਤ ਔਖੇ ਆਪਦੇ ਆਪ 'ਤੇ, ਸਿੱਧੂ ਦੇ ਪਹਿਲਾਂ ਹੀ ਬੜੇ ਚੱਕਰ ਚੱਲੀ ਜਾਂਦੇ, ਕਦੇ ਕਿਹੜੀ ਵੀਡੀਓ ਹੈ, ਕਦੇ ਕਿਹੜੀ ਵੀਡੀਓ, ਆਹ ਵੀਡੀਓ ਦੀ ਗੱਲ ਵੀ ਦੱਸਦਾ ਮੈਂ, ਹੁਣ 20-40 ਹੁੰਦਾ ਯਾਰ, ਹੁਣ ਜਦੋਂ ਇਕੱਠੇ ਹੁੰਦੇ ਸੀ ਮੈਂ ਅਤੇ ਕਰਨਾ ਐਲੀ ਇਕੱਠੇ ਹੁੰਦੇ ਸੀ ਅਸੀਂ ਸਾਰੇ, ਯਾਰ ਫੋਨਾਂ 'ਚ ਸਾਡੇ 20 ਕੁਛ ਆ, ਅਜੇ ਵੀ ਮੇਰੇ ਫੋਨਾਂ 'ਚ 20 ਕੁਛ ਆ ਕਰਨੇ ਦਾ, ਉਹ ਸਾਰਿਆਂ ਦਾ ਇੱਕ ਦੂਜੇ ਦਾ ਯਾਰ, ਫਨ ਟਾਈਮ ਹੁੰਦਾ ਸੀ ਬਥੇਰਾ, ਅਸੀਂ ਗਲਤੀਆਂ ਕਰਦੇ ਕਿਹੜਾ ਰੱਬ ਆ, ਅਤੇ ਉਹਨਾਂ ਦੇ ਫੋਨਾਂ 'ਚ ਹੈਗਾ, ਪਰ ਅੱਜ ਤੱਕ ਤੁਸੀਂ ਦੇਖਿਆ ਨਹੀਂ ਹੋਣਾ ਕਦੇ ਕੋਈ ਉਹਦੀ ਵੀਡੀਓ ਆ ਗਈ ਪੁਰਾਣੀ ਕਦੀ ਕੋਈ, ਹਾਂ ਗੁੱਡ ਮੈਮਰੀ ਦਾ ਮੈਂ ਹੁਣ ਵੀ ਸ਼ੇਅਰ ਕਰ ਦਿੰਦਾ ਕਈ ਵਾਰੀ, 2-3 ਸਾਲ ਪਹਿਲਾਂ ਦੀ ਫੋਟੋਆਂ ਸਨੈਪਚੈਟ 'ਤੇ ਵੀ ਪਾ ਦੀ ਦੀਆਂ ਆਉਂਦੀਆਂ, ਇੰਸਟਾਗ੍ਰਾਮ 'ਤੇ ਵੀ ਪਾਈ ਆ, ਠੀਕ ਆ ਯਾਰ ਕੱਟੀ ਥਾਲੀ 'ਚ ਖਾਧਾ ਵਾ, ਪਿਆਰ ਤਾਂ ਆਉਂਦਾ ਹੀ ਆ ਬੰਦੇ ਦਾ ਕੋਈ ਵੀ ਚਾਹੇ, ਹਾਲਾਂਕਿ ਮੈਨੂੰ ਇਹ ਨਹੀਂ ਹੈਗਾ ਵੀ ਯਾਰ ਮੈਂ ਕਿਤੇ ਨੇੜੇ ਜਾਵਾਂ, ਕਿਤੇ ਨੇੜੇ ਜਾਵਾਂ ਸਿੱਧੂ ਦੇ ਨੇੜੇ ਹੋਵਾਂ ਤਾਂ ਮੈਂ ਉਹ ਤੋਂ ਗਾਣੇ ਲਊਂਗਾ, ਕਰਨੇ ਦੇ ਨੇੜੇ ਆਵਾਂ ਤਾਂ ਗਾਣੇ ਲਊਂਗਾ, ਆਈ ਡੋਂਟ ਗਿਵ ਅ ਫੱਕ,
ਮੈਨੂੰ ਕੋਈ ਲੋੜ ਆ ਟੇਪ ਬਣਾਈ ਹੁਣ ਟੇਪ 'ਚ ਕਿਹਦਾ ਕਰਨੇ ਦਾ ਕਿਹੜਾ ਕਿਹਦਾ ਗਾਣਾ ਵਾ ਸਾਰੇ ਨਵੇਂ ਮੁੰਡਿਆਂ ਦੇ ਗਾਣੇ 11 ਗਾਣੇ ਆ ਹੁਣ 5 ਗਾਣੇ ਕੱਲ੍ਹ ਰਿਕਾਰਡ ਕੀਤੇ ਕੱਲ੍ਹ ਪਰਸੋਂ ਸਾਰੇ ਨਵੇਂ ਮੁੰਡਿਆਂ ਦੇ ਗਾਣੇ ਆ ਵੀਤ ਬਾਈ ਦਾ ਗਾਣਾ ਆ ਰਿਹਾ ਵੀਤ ਬਾਈ ਨਾਲ ਲੋਕਡਾਊਨ 'ਤੇ ਪਹਿਲਾਂ ਕਰਨਾ ਵੀਤ ਬਾਈ ਜੀ ਦਾ ਦਰਸ਼ਨ ਨਾਲ ਕੀਤਾ ਲੱਖੇ ਵਾਲੇ ਨਾਲ ਕੱਲ੍ਹ ਕਿਤੇ ਸਟੂਡੀਓ ਸੀ ਤਾਂ ਉਹਦੇ ਨਾਲ ਦੇ ਸੋ ਬਰੋ ਕਿਸੇ ਦਾ ਕੋਈ ਸਰਦਾ ਨਹੀਂ ਕਿਸੇ ਨਾਲ ਕਿਸੇ ਮੈਨੂੰ ਕਿਸੇ ਦਾ ਸਰਦਾ ਨਹੀਂ ਸਭ ਦਾ ਸਰਦਾ ਇਹਦਾ ਕਰਨਾ ਮੈਂ ਮੈਨੂੰ ਕਰਨ ਨੇ ਬਣਾਇਆ ਹਾਂ ਮੈਂ ਇਹ ਗੱਲ ਐਕਸੈਪਟ ਕਰਨ 'ਚ ਕੀ ਜਾਂਦਾ ਯਾਰ ਮੈਨੂੰ ਬਣਾਇਆ ਤਾਂ ਬਣਾਇਆ ਮੈਨੂੰ ਘਰੋਂ ਚੱਕ ਕੇ ਉਹਨੇ ਸਟੂਡੀਓ 'ਚ ਵਾੜਿਆ ਵੀ ਗਾਣੇ ਗਾ ਬਣਾਇਆ ਮੈਂ ਇਹ ਗੱਲ ਕਹਿੰਦਾ ਪਾਲੇ ਨੂੰ ਪੌਲ ਜੀ ਕਰਨੇ ਨੇ ਬਣਾਇਆ ਰੈਪ ਉਹਨੇ ਪਹਿਲਾਂ ਕੀਤਾ ਗਾਣਾ ਹੋਰ ਕਰਨਾ ਸੀ ਅਪਰਾਧੀ ਗਾਣਾ ਕਰਨ ਗਏ ਸੀ ਮੈਂ ਤਾਂ ਕਰਨਾ ਮੈਂ ਅਗਰ ਕਰਾਂ ਅਪਰਾਧੀ ਤੇਰਾ ਯਾਰ ਕੋਲੇ ਤੂੰ ਰਹਿ ਰਹੀ ਇਸ ਤੋਂ ਬਾਹਰ ਕੋਲੇ ਅਤੇ ਮੈਂ ਕਰਨੇ ਹਾਂ ਹਰ ਜਗ੍ਹਾ ਬੈਠੇ ਹਾਂ ਅਸੀਂ ਕਹਿੰਦਾ ਹਰ ਜਗ੍ਹਾ ਯਾਰ ਮੈਂ ਕਹਿ ਕਰਨੇ ਆ ਗਾਣਾ ਮੇਰੇ ਟੈਪ ਦਾ ਬਣਾਇਆ ਨਹੀਂ ਉਹ ਪਹਿਲਾ ਗਾਣਾ ਕਰਨਾ ਕੋਈ ਚੱਜ ਦਾ ਹੋਵੇ ਕੋਈ ਦਾਰੂ ਦੇ ਪਹਿਲੇ ਦਿਨ ਤੋਂ ਸ਼ਕੀਨ ਸੀਗੇ ਚੱਲ ਹੁਣ ਤਾਂ ਹੈ ਨਹੀਂ ਸਹੇਲੀਆਂ ਸਹੂਲੀਆਂ ਤਾਜ਼ਾ ਛੱਡੀਆਂ ਸੀਗੀਆਂ ਸਹੇਲੀਆਂ ਨੇ ਛੱਡਿਆ ਸੀ ਦੋਨੇ ਕਮਲੇ ਹੋਏ ਫਿਰਦੇ ਦਾਰੂ ਦੂ ਬਹੁਤ ਪੀਣ ਲੱਗ ਗਈ ਮਾਹੌਲ ਜਿਹਾ ਖਰਾਬ ਸੀ ਸਿਸਟਮ ਜਿਹੇ ਹਿੱਲੇ ਵੇ ਸੀਗੇ ਪਰ ਕਦੇ ਆਏ ਨਹੀਂ ਸੀ ਅੱਧੇ ਘੰਟੇ 'ਚ ਕਰਨੇ ਨੇ ਗਾਣਾ ਲਿਖਿਆ ਰੈਡ ਕੱਪ ਅਤੇ ਰੈਪ ਵੀ ਅੱਧੇ ਘੰਟੇ 'ਚ ਰਿਕਾਰਡ ਕਰਕੇ ਆ ਗਏ ਤੋਂ ਬਾਹਰ ਨਿਕਲਿਆ ਸਟੂਡੀਓ 'ਚ ਮੈਂ ਤਾਂ ਅੱਜ ਅਤੇ ਕਰ ਦੋਨੇ ਹੀ ਸੈੱਟ ਮੈਂ ਤਾਂ ਕਰਨ ਦੇ ਪੈਗ ਪੁੱਗ ਲੱਗੇ ਹੋਏ ਮੈਂ ਕਿਹਾ ਕਰਨਾ ਕਹਿੰਦਾ ਆਪਾਂ ਸਟਾਰ ਬਣੇ ਜਦੋਂ ਇਹ ਗਾਣਾ ਲਾਇਆ ਕਹਿੰਦਾ ਸਟਾਰ ਬਣੇ ਹੁਣ ਆਪਾਂ ਮੈਨੂੰ ਗੱਲ ਅਜੇ ਵੀ ਯਾਦ ਆਉਂਦੀ ਹੁੰਦੀ ਅਸੀਂ ਸਰੀ ਜਾਵਸ ਫੜਾਉਂਦੇ ਸੀਗੇ ਤਾਂ ਅੱਜ ਸਾਨੂੰ ਪੁਲਿਸ ਸਾਹਿਬ ਨੇ ਵੀ ਰੋਕਿਆ ਚੱਲ ਬਚ ਗਏ ਜਦੋਂ ਅਤੇ ਰਾਤ ਨੂੰ ਡੱਕੇ ਆਉਣੇ ਫੁੱਲ ਸਰੀ ਜਾਵਸ ਫੜਦਾ 40 ਮਿੰਟ ਦਾ ਰਾਹ 40-45 ਮਿੰਟ ਦਾ ਅਸੀਂ ਡੱਕੇ ਗਾਣਾ ਉਹੀ ਰਿਪੀਟ ਲਾਈ ਜਾਏ ਕਰਨੇ ਨੇ ਪਹਿਲਾਂ ਰਿਕਾਰਡ ਕੀਤਾ ਜੀ ਆਪਦੀ ਬਾਅਦ 'ਚ ਮੈਂ ਬਾਅਦ 'ਚ ਕਦੋਂ ਮੈਨੂੰ ਪਤਾ ਹੀ ਨਹੀਂ ਹੁੰਦਾ ਸੀ ਸੁਰਤਾਲ ਦਾ ਕਰਨੇ ਨੇ ਆਪਦੀ ਬਾਅਦ 'ਚ ਰਿਕਾਰਡ ਕੀਤਾ ਜੀ ਮੈਂ ਬਾਅਦ 'ਚ ਕੀਤਾ ਟੱਕੇ ਆਇਆ ਕਰਨੇ ਸਟਾਰ ਬਣ ਗਏ ਆਪਾਂ ਸਟਾਰ ਬਣ ਗਏ ਕੋਈ ਮਤਲਬ ਨਹੀਂ ਕੋਈ ਕਿਸੇ ਨੂੰ ਕਿਹਨੂੰ ਦੇਣਾ ਕੀ ਕਰਨਾ ਹਾਂ ਇੰਨਾ ਹੀ ਸੰਦੀਪ ਨਾਲ ਗੱਲ ਹੋਈ ਸੀ ਰਿਹਾਨ ਨਾਲ ਰਿਹਾਨ ਨਾਲ ਵੀ ਇੱਦਾਂ ਦਾ ਕਰਕੇ ਗਾਣਾ ਕਰਾਇਆ ਰਾਤ ਨੂੰ ਡੱਕੇ ਵੇ ਉੱਧਰ ਸੰਦੀਪ ਨੂੰ ਫੋਨ ਲਾ ਲਿਆ ਬਾਈ ਹਿੱਟ ਹੋ ਗਏ ਆਪਾਂ ਹਿੱਟ ਹੋ ਗਏ ਕੋਈ ਕੁਛ ਨਹੀਂ ਹੈ ਜੀ ਅਤੇ ਹੁੰਦੇ ਯਾਰ ਗੁੱਡ ਮੈਮਰੀਜ਼ ਆ ਸ਼ੇਅਰ ਕਰਦੇ ਹੁਣ ਵੀ ਕਰਦਾ ਰਹਿੰਦਾ ਪਰ ਮਤਲਬ ਨਹੀਂ ਯਾਰ ਮੈਂ ਕਦੇ ਤੁਸੀਂ ਸੋਚਿਆ ਕਦੇ ਨਾ ਹੀ ਕਦੇ ਜ਼ਿੰਦਗੀ 'ਚ ਜਾਉਣ ਸਾਡੇ 'ਚ ਹਾਂ ਬੁਲਾਉਣੇ ਆ ਨਹੀਂ ਬੁਲਾਉਣਾ ਚਾਹੇ ਸਾਰੀ ਉਮਰ ਨਾ ਬੁਲਾਈਏ ਪਰ ਆਹ ਚੀਜ਼ਾਂ ਨਹੀਂ ਕਦੇ ਵੀ ਹੋਣਗੀਆਂ ਜ਼ਿੰਦਗੀ 'ਚ ਉਹ ਕਰਨ ਦੀ ਵੀਡੀਓ ਲੀਕ ਹੋ ਗਈ ਨਾਲੇ ਜਿੰਨਾ ਇਹੋ ਜਿਹਾ ਕੁਛ ਮੇਰੇ ਫੋਨ 'ਚ ਅੱਜ ਤੱਕ ਮੈਂ ਕਈ ਵਾਰੀ ਹੱਸਦਾ ਹੁੰਦਾ ਇੰਨਾ ਕੁਛ ਆ ਮੇਰੇ ਫੋਨ 'ਚ ਪੁਰਾਣਾ ਸਾਂਭਿਆ ਹੋਇਆ ਕਿ ਮਤਲਬ ਕਹਿਣ ਦਾ ਮੈਨੂੰ ਕਰਨੇ ਨੇ ਸਨੈਪਚੈਟ ਮੈਨੂੰ ਚਲਾਉਣ ਲਾਇਆ ਜੀ ਕਰਨ ਦੇ ਉਹਦੇ ਸਨੈਪਚੈਟ ਬਣਾਈ ਆ ਕਰਨੇ 2015 'ਚ ਬਣਾਈ ਮੈਂ ਤਾਂ ਕਰਨੀ ਸਨੈਪਚੈਟ 2016 'ਚ ਹਾਂ 2016 'ਚ ਬਣਾਈ ਆ ਅਪ੍ਰੈਲ ਅਪਰੂਵ 'ਚ ਹਾਂ ਅਪ੍ਰੈਲ 'ਚ ਬਣਾਈ ਆ ਅਤੇ ਹਾਂ ਅਪ੍ਰੈਲ 'ਚ ਅਤੇ ਉਦੋਂ ਕਰਨ ਮੇਰੇ ਮਸਾਂ 12-15 ਵਿਊਜ਼ ਹੀ ਹੋਣੇ ਕਰਨ ਨੇ ਕਹਿਣਾ ਯਾਰ ਮੇਰੇ ਤਾਂ 100-150 ਹੋਣ ਲੱਗਿਆ ਪਹਿਲੇ ਯਾਰ ਭੈਣ ਦਿਨ ਪਤਾ ਨਹੀਂ ਕਦੋਂ ਉਦੋਂ ਮੁਕੇ ਗਾਣਾ ਹੋਇਆ ਫਿਰ ਉਦੋਂ ਬਾਅਦ ਚਸਕਾ ਪੈ ਗਿਆ ਪਹਿਲੀ ਬਾਈ ਸਾਡੇ ਨੂੰ ਪਹਿਲਾਂ ਚਲਾਉਣ ਲੱਗ ਗਏ ਇਹ ਚੀਜ਼ਾਂ ਨੂੰ ਇੱਥੇ ਬਹੁਤ ਆ ਪਹਿਲੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਉਹ ਬਸ ਅਤੇ ਮੈਂ ਦੂਜਾ ਕੀਤਾ ਹਾਂ ਇਹ ਕਰਨਾ ਉਦੋਂ ਅਸੀਂ ਅਪ੍ਰੈਲ ਸਨੈਪ ਚਲਾਉਣ ਲੱਗਿਆ ਪਰ ਮੇਰੀ 12-2012 'ਚ ਹਾਂ 2012 'ਚ ਮੇਰੀ ਸਹੇਲੀ ਛੱਡ ਗਏ ਆਹ 2012 'ਚ ਨਹੀਂ ਸੋਚੀ 2000 ਫਰਵਰੀ 25 ਫਰਵਰੀ 2016 'ਚ ਉਦੋਂ ਬਾਅਦ ਫਿਰ ਫੱਕਰ ਬਣ ਗਏ ਕੰਮ 'ਤੇ ਵੀ ਸ਼ਰਾਬ ਘਰੇ ਵੀ ਸ਼ਰਾਬ ਦੋਨਾਂ ਨੇ ਇਹਦਾ ਵੀ ਚੱਕਰ ਚੱਲ ਗਿਆ ਜੀ ਉਦੋਂ ਇਕੱਠੇ ਰਹਿੰਦੇ ਹੁੰਦੇ ਸੀ ਅਤੇ ਇਹਦਾ ਵੀ ਚੱਕਰ ਚੱਲ ਗਿਆ ਜੀ ਇਹਨੇ ਵੀ ਇਕੱਠੀ ਸਵੇਰੀ ਲਾਉਣ ਲੱਗ ਜਾਣੇ ਪੈਗ ਨੇ ਗਾਣੇ ਲਿਖੇ ਜਾਣੇ ਮੈਂ ਮਾੜਾ ਮੋਟਾ ਕਦੇ ਕੀ ਪੰਗੇ ਲਈ ਜਾਣੇ ਬਸ ਅਸੀਂ ਬੈਠੇ ਨਾ ਘਰੇ ਕੋਈ ਹੁੰਦਾ ਨਹੀਂ ਸੀ ਥੱਲੇ ਬਣਾਇਆ ਸੀਗਾ ਥੀਏਟਰ ਰੂਮ ਜਿਹਾ ਬਣਾਇਆ ਸੀ ਉੱਥੇ ਬੈਠੇ ਰਹਿੰਦੇ ਸਾਰੇ ਕੋਈ ਨਾ ਕੋਈ ਆਇਆ ਗਿਆ ਰਹਿੰਦਾ ਸੀ ਬਟ ਟਾਈਮ ਨਹੀਂ ਸੈੱਟ ਹੋ ਜਾਂਦੇ ਉਦੋਂ ਫਿਰ ਇਹਨੇ ਮੈਨੂੰ ਘਰੋਂ ਚੱਕ ਲਿਆਉਣਾ ਕਰਨ ਨੇ ਕਹਿਣਾ ਚੱਲ ਤੇਰੀ ਸਟੂਡੀਓ ਤੋਂ ਹਰਜ ਬਾਈ ਨਾਲ ਉਦੋਂ ਇਹਦੀ ਗੱਲ ਹੋ ਗਈ ਸੀਗੀ ਜੈਜ਼ੀ ਬਾਈ ਨੇ ਗਾਣਾ ਕੀਤਾ ਹਰਜ ਨਾਲ ਗਾ ਅਤੇ ਉਦੋਂ ਹਰਜ ਜਾਣਦਾ ਸੀ ਇਹਨੂੰ ਅਤੇ ਫਿਰ ਅਸੀਂ ਚਲੇ ਗਏ ਉੱਥੇ ਕਹਿੰਦਾ ਯਾਰ ਪੱਲੇ ਪੈ ਮਰਜ਼ੀ ਆਏ ਦੇ ਹਿਸਾਬ ਨਾਲ ਮੈਂ ਸਵੇਰੇ ਚੱਕ ਹੀ ਲੈ ਕੇ ਉਹ ਹੌਲੀ ਮੈਨੂੰ ਕਦੇ ਕਿਹੜਾ ਚੱਕ ਕੇ ਲੈ ਕੇ ਆਉਂਦੇ ਕਦੇ ਕਿਹੜਾ ਚੱਕ ਕੇ ਲੈ ਕੇ ਆਉਂਦਾ ਭਾਈ ਨੂੰ ਪੀ ਕੇ ਪਏ ਰਹਿੰਦੇ ਹੁੰਦੇ ਜੀ ਅਤੇ ਕਦੇ ਕਿੱਥੋਂ ਚੱਕ ਕੇ ਲਿਆਉਣਾ ਕਦੇ ਕਿੱਥੋਂ ਮੇਰੇ ਫਰੈਂਡ ਦੀ ਡੈਥ ਹੋ ਗਈ ਸੀ ਉਦੋਂ 2012 'ਚ ਮੈਂ 2012-2016 'ਚ ਡੈਥ ਹੋ ਗਈ ਸੀ ਹਾਂ 15 'ਚ ਅਤੇ ਮੈਂ ਕਮਲਾ ਹੀ ਹੋ ਗਿਆ ਜੀ ਇੱਕ ਦਿਨ ਦਾ ਗਗਨ ਸੀ ਮੁੰਡੇ ਦਾ ਨਾਮ ਮੇਰੇ ਲੋਕਲ ਦਾ ਬਸ ਥੋੜ੍ਹੇ ਮੁੰਡੇ ਜਾਣਦੇ ਸਾਰੇ ਅਤੇ ਉਦੋਂ ਮੈਂ ਡਿਪਰੈਸ਼ਨ 'ਚ ਵੱਡੀ ਵੱਡੀ ਦਾੜੀ ਬੱਸਾਂ ਸੀ ਹੁਣ ਤਾਂ ਮਰਨਾ ਹੀ ਆ ਪਰ ਇਹਨੇ ਇਹ ਗੱਲੋਂ ਮੈਨੂੰ ਬਚਾਇਆ ਕਰਨੇ ਨਹੀਂ ਬਚਾਇਆ ਮੈਨੂੰ ਮੇਰਾ ਧਿਆਨ ਹਟਾਇਆ ਮੇਰੇ ਕੋਲ ਸਵੇਰੇ ਆ ਕੇ ਬਹਿ ਜਾਣੇ ਨਾਲ ਹੀ ਸਿਸਟਰ ਰਹਿੰਦੇ ਹੁੰਦੇ ਸੀ ਇਹਦੇ ਥੋੜ੍ਹੇ ਘਰ ਛੱਡ ਗਏ ਆਪਾਂ ਤਾਂ ਮੇਰੇ ਕੋਲ ਉੱਥੇ ਪਿਆ ਰਹਿੰਦੇ ਹੁੰਦੇ ਇਕੱਠੇ ਪਿਆ ਰਹਿੰਦੇ ਹੁੰਦੇ ਘਰ ਉੱਥੇ ਅਤੇ
थिएटर आता भी बैठे बैठ गुगल आई जाने नजारे लेने जिंदगी का भी पता नहीं सवेरे उठना काम से जाना नहीं जाना भैन पता नहीं चलिया क्या सिस्टम। चलो गुड मैमरीज है तो हूँ असं अज तक ना कदे करने के मूँह ना कदे मेरे मूँह ना किसी थर्ड परसन दो ढाई साल हो गए अज तक मेरे को इन्ने गाने बने पे अज तक गाना लीक नहीं किया कोई अज तक अज तक भी गाना लीक नहीं किया कोई भी हूँ मैं गाने की गल कर जरा अलकोहल थ्री आ लीक हुआ वा गाना वो करने की आवाज लीक हुआ वा तो मेरे यार विच अग बड़ी है एक वैरियां दी पाई वो किसी भैन चुद ने लीक करता एडा करके ही साड़ा चक्कर चलिया करके अस दूर हुए सी वो वीडियो शूट की सी अमेरिका वो करके थोड़ा मिसअंडरस्टैंडिंग ला लो कुछ ला लो उ 15-20 हज़ार लग्या सी खर्चा मियामी शूट की थी वो पता लग गया मैंने कई साइटा से यूट्यूब पर भी पाती वीडियो भी पाती गाने का तो मैंने पता लग गया कि बंद ने किया मैं रवाज दिना राशन कि बंद ने लीक किया गाना हूँ लाना हिसाब किताब उस मैं करता फोन भी दस बबा की चक्कर इन्ने 2-2.5 साल का गाँव तो मैंने पता करना गाँव लीक नहीं कर सकता कोई यह कुत्तियां हरकत करना नहीं आदि ना ही संदीप कर सकता एक कम संदीप नहीं कर सकता कोई इन्ने चिर का गाँव पाया उन्होंने हूँ थोड़ी लीक करना सी कदों के कर देंगे जो कर पर मैं पता इन्हों माण इन्ना उन्होंने इन्ना भी वो बंद लीक कर सकते एक किसी एक तो मैं पता लगा कि बंद ने की गाँव लीक हुए बहुत दिन हो गए पर मैं गल नहीं की वो करने की आवाज है गाँव तो मेरा मैं करना सी उदों करने का चक्कर चल गया इन्हें इंडिया आना सी मैं अमेरिका जाना सी अलकोहल टू वेल की गल है अलकोहल टू बन गया उदो ये इंडिया आ गए सी मैं अमेरिका शूट करन गया संघा भरा अपना मुंडा न्यूयॉर्क तो उन्हें बनवाया मुंडा डायरैक्टर उत्थे गोरे ने शूट किया मियामी गड्डियां गुड्डियां वधिया दिखाईआं सीगियां उहदे मुंडा मैं ना भुल गया मियामी वाले मुंडे का तो चलो लीक करती वीडियो भी लीक करती मैं क्या यार भी फक मैं इन्ने 15-20 हज़ार डॉलर लगे वा उदो साडा फर्क पिया गाने पिछे हुण वीडियो भी लीक होगी गाना भी लीक होगा भी सारा की खट्टिया 2 सालों एक गाने पिछे भी चलो उदो इन्ने ना ही करना उहदे ना मेरे गाने आ गए थे पर एडे वड्डा जानी उस अज दे लैवल दा बनया नहीं सी उस तो उस टाइम चल के गाने गुणे आउंदे सीगे नाल आई जांदे सी नाल दे ते समझो बाहर आ यार गल्लां बातां लोकां दीआं गाना लीक करता हूँ गाना भैन देना गाना लीक करके मिलता की यार कि मैं वो हैरान समझो बाहर आ यार भी भैन कि दी मेहनत लगी हुंदी है कि दी मेहनत लगी हुंदी है यार बहुत रातां लगदियां रात 2 दिन हो गए स्टूडियो नहीं अखा कालियां हुई पीआं 2 दिन हो गए स्टूडियो च हाँ अज्ज दिन नहीं सुत्ता गया यार बई बहुत मेहनत लगती हुंदी है बहुत मेहनत लगती हुंदी है नाले हालांकि मेरी आदत मैं कदे भी किसी बंदे दा गाना आपदे फोन च हुण अली बाई दी टेप आ एक भी गाना बाई नाले हालांकि बाई कदे मना नहीं करदा हुंदा मैं जदों मर्जी गाने लै लैंदा तो जदों मर्जी लिया दे जदों मर्जी तो जदों मर्जी लै लैं मैं गाना वो सारे बाई के 15-20 गाने बने पे बद्दी बने पे उन्हें बाई ने कदे नहीं मना किया पर मेरी आदत नहीं यार मुड़ के मैं ब्लेम लगता उदो अलकोहल वन वेले गाना लीक हो गया सी अलकोहल वन पहला आ गया सी हफ्ता उदो मेरे फोन चो उदो सारे लग गया उवें ना शक होने लग जाता बंदे भी यार उन्हें ना करता उन्हें ना करता भी फ्रेंड सर्कल से फर्क पैन लग जाते सो मैं फिर दूजा किया मैं उदो मुड़ के वो सौ ही खा ली मैं ना मैं आपके फोन च रखना गाना ना ही किसी देना पर मैं मेरे फोन च 20 गाने होंगे पर मैं वो डिलीट कर दिता हूं जो जिन्ने सिद्धू के भी गाने अद्धे हो गए फोन मैंने मुंडे मुंडे भेज देंगे भाई आह गाना लीक करना मैं समझो बार उन्होंने गाने मिल के मैं जाते यार तो मेरे हूँ ऑलमोस्ट 25 गाने रेडी पे 25-26 गाने रेडी हुए पे मैं मतलब नहीं कोई यार अली बाई के गाने पे होना डिलीट कर दिना वा ना सुन के मैं वो गाने है ही बहुत सोहने बई की बहुत मेहनत लगी हुई है यार क्यों किसी को जाऊ गाना किसी ने मंग लिया सुनाता किसी ने मंग लिया ना दवाब देने जोगे आ ना कुछ हूं करने जोगे इतों बैटर हूँ भी आप मंगता ही नहीं हूँ मैं भी ली बैठी यार पक दो आप करना पैं जो जो आऊगा सुना के सवाद नहीं पहले ही आ हूँ मैं टेप तो आप दी तो पहले ही अक गया तो भी यार की एवं वादू भी आकण का कहने का मतलब है भी सुनी जाने उही गाने सुनी जाने बंदा अक जाता इतों बैटर आप मैं हूँ जो नवें किए 8-10 गाने वो सारे मैं स्टूडियो पे मैं मैं दे ही ना गाने वधिया बने हुए तो मैं वादू मुड़ के सवाद बच जाता बाकी हूँ गाना लॉकडाउन से आ रहा वो बारे करते गल लॉकडाउन से आया गाँव बीत बलजीत बई ने लिखा तो वीडियो करा सिंपल जी घर कर लाँगे फोन फान से ला लाँगे जगाड़
ਅਤੇ ਲੋਕਡਾਊਨ 'ਤੇ ਗਾਣਾ ਬਹੁਤ ਸੋਹਣਾ ਬੀਤ ਬਾਈ ਦਾ ਧੰਨਵਾਦ ਬਾਈ ਨੇ ਪਹਿਲੇ ਬੋਲ ਹੀ ਸਵੇਰੇ ਕਿਹਾ ਬਾਈ ਨੇ ਸ਼ਾਮ ਨੂੰ ਲੈ ਕੇ ਭੇਜਤਾ ਸੋ ਬਣਾ ਲਿਆ ਗਾਣਾ ਬਹੁਤ ਸੋਹਣਾ ਗਾਣਾ ਬਣਿਆ ਮੇਰਾ ਤੁਹਾਨੂੰ ਬਹੁਤ ਪਸੰਦ ਆਊਗਾ ਉਹ ਕਰਦੇ ਛੇਤੀ ਉਦੋਂ ਬਾਅਦ ਟੇਪ ਸ਼ੁਰੂ ਕਰਦੇ ਟੇਪ ਦਾ ਥੋੜ੍ਹਾ ਚੱਕਰ ਇਹ ਪਿਆ ਹੋਇਆ ਵਾ ਹੁਣ ਤੁਹਾਨੂੰ ਪਤਾ ਹੀ ਆ ਲੋਕਡਾਊਨ ਕਰਕੇ ਜਿਹੜੀਆਂ ਫੁਟੇਜ ਅੱਡ ਅੱਡ ਥਾਵਾਂ 'ਤੇ ਪਈਆਂ ਵਾ ਮਾਸਟਰ ਮੈਕਸ ਵਾਲੇ ਬੰਦੇ ਵਿਚਾਰੇ ਘਰ ਆਏ ਪਰੇ ਪਿੰਡਾਂ ਮੁੰਡਾਂ 'ਚ ਆਏ ਹੋਏ ਆ ਸਟੂਡੀਓ ਹੁਣ ਚੰਡੀਗੜ੍ਹ ਮੋਹਾਲੀ ਥੋੜ੍ਹਾ ਜਿਹਾ ਸਟ੍ਰਿਕਟ ਕੀਤਾ ਹੋਇਆ ਗੌਰਮੈਂਟ ਨੇ ਸੋ ਤਾਂ ਕਰਕੇ ਉਹਦਾ ਚੱਕਰ ਪੈ ਰਿਹਾ ਵਾ ਬਟ ਛੇਤੀ ਆਪਾਂ ਕਰਾਂਗੇ ਨੋ ਅਨਾਊਂਸ ਕਰ ਦਿੰਦੇ ਹਾਂ ਟੇਪ ਅਤੇ ਉਦੋਂ ਪਹਿਲਾਂ ਤੁਹਾਨੂੰ ਲੋਕਡਾਊਨ ਗਾਣਾ ਫਿਰ ਇੱਕ ਦਰਸ਼ਨ ਨਾਲ ਰਾਤ ਕੀਤਾ ਸਟੂਡੀਓ ਸੀ ਅਤੇ ਦਰਸ਼ਨ ਨਾਲ ਕੀਤਾ ਗਾਣਾ ਰਾਤ ਇੱਕ ਲੱਖੇ ਵਾਲੇ ਨਾਲ ਬਹੁਤ ਸੋਹਣਾ ਗਾਣਾ ਬਣਿਆ ਬਹੁਤ ਸੋਹਣਾ ਗਾਣਾ ਬਣਿਆ ਅਤੇ ਉਮੀਦ ਆ ਵੀ ਤੁਹਾਨੂੰ ਬਹੁਤ ਪਸੰਦ ਆਊਗਾ ਅਤੇ ਬਾਕੀ ਸਿਹਤ ਦਾ ਖਿਆਲ ਰੱਖੋ ਆਪਣੀ ਦਾ ਜਿਵੇਂ ਘਰ ਰਹਿ ਸਕਦਾ ਘਰ ਰਹੋ ਅਤੇ ਸਿੱਧੂ ਨੇ ਅਲੀ ਨੂੰ ਗਲਤ ਬੋਲਦਾ ਹੈ ਨਾ ਭਰਾਵਾ ਮੈਂ ਇਹ ਵੀਡੀਓ ਸੁਣੀ ਨਹੀਂ ਨਾ ਇਹ ਗਲਤ ਬੋਲਣ ਵਾਲੀ ਨਾ ਮੈਂ ਨਹੀਂ ਦੇਖੀ ਮੈਂ ਤਾਂ ਸਿੱਧਾ ਲਾਈਵ ਦੇਖਿਓ ਕਿਸੇ ਨੂੰ ਗਲਤ ਨਹੀਂ ਬੋਲਿਆ ਵਾਧੂ ਸਵਾਦ ਲੈਣ ਵਾਲੇ ਮੁੜ ਕੇ ਫਿਰ ਅਸੀਂ ਫਰਕ ਪਾ ਦਿੰਦੇ ਹਾਂ ਬੰਦਿਆਂ 'ਚ ਉਹਨੇ ਅਲੀ ਨੂੰ ਕੋਈ ਗੱਲ ਨਹੀਂ ਹੈ ਜੀ ਕਹੀ ਅਤੇ ਨਾ ਹੀ ਉਹ ਕਹਿ ਸਕਦਾ ਅਲੀ ਨੂੰ ਕੋਈ ਇੱਦਾਂ ਜਾ ਕੇ ਸਾਡੀਆਂ ਪੁਰਾਣੀਆਂ ਯਾਰੀਆਂ ਵਾ ਅਸੀਂ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਹਾਂ ਕਹਾਂਗੇ ਤਾਂ ਮੂੰਹ 'ਤੇ ਕਹਾਂਗੇ ਜੇ ਸਿੱਧੂ ਗਲਤ ਹੋ ਤਾਂ ਮੂੰਹ 'ਤੇ ਕਹਾਂਗੇ ਵੀ ਸਿੱਧੂ ਆਹ ਚੱਕਰ ਆ ਬਾਬਾ ਜੀ ਸਿੱਧੂ ਗਲਤ ਆਪਾਂ ਨੂੰ ਆਹ ਗੱਲਾਂ ਨਾ ਹੀ ਆਉਂਦੀਆਂ ਫੋਨਾਂ 'ਤੇ ਲਾਈਵ ਹੋ ਕੇ ਘਰਦਿਆਂ ਨੂੰ ਗਾਲਾਂ ਕੱਢਣੀਆਂ ਉਹਦਿਆਂ ਨੂੰ ਜਾਂ ਕਿਸੇ ਨੂੰ ਹੋਰ ਬੋਲਣਾ ਆਪਾਂ ਤਾਂ ਸਿੱਧੇ ਠੋਕਿਆ ਯਾਰੀਆਂ ਪਿੱਛੇ ਖੜ੍ਹੇ ਹਾਂ ਅੱਜ ਵੀ ਖੜ੍ਹੇ ਹਾਂ ਯਾਰੀਆਂ ਪਿੱਛੇ ਬਹੁਤ ਘਾਟਾ ਖਾਧਾ ਮੈਂ ਖੁਦ ਬਹੁਤ ਘਾਟਾ ਖਾਧਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੁਸੀਂ ਦੇਖੀ ਆ ਪਿਛਲੇ ਹਾਲਾਤਾਂ 'ਚ ਕੀ ਹੋਇਆ ਸਾਡੇ ਨਾਲ ਮੈਂ ਯਾਰੀ ਪਿੱਛੇ ਪਰ ਬਹੁਤ ਨੁਕਸਾਨ ਹੋਇਆ ਮੈਂ ਤਾਂ ਹੀ ਪਿੱਛੇ ਰਹਿ ਗਿਆ ਪਰ ਹੁਣ ਨਹੀਂ ਬਹੁਤ ਯਾਰੀਆਂ ਕਮਾ ਲਈਆਂ ਹੁਣ ਹਰੇਕ ਬੰਦਾ ਆਪਦੇ ਘਰ ਨੂੰ ਹਰੇਕ ਬੰਦਾ ਸਿਆਣਾ ਵਾ ਮੈਂ ਬਥੇਰੀਆਂ ਕਮਾ ਲਈਆਂ ਪਰ ਹੁਣ ਨਹੀਂ ਕਰਨ ਹੁਣ ਨਹੀਂ ਯਾਰੀਆਂ ਕਮਾਹਾਂ ਹੈਗੀਆਂ ਹਰੀਆਂ ਪਿਆਰ ਹੈਗਾ ਸਾਰਿਆਂ ਨਾਲ ਪਰ ਆਪਦਾ ਕੰਮ 'ਤੇ ਧਿਆਨ ਦੇਣਾ ਪਹਿਲਾਂ ਵਾਲਾ ਕੰਮ ਨਹੀਂ ਚੱਕ ਕੇ ਜਦੋਂ ਵੀ ਕੀਤਾ ਜਾਓ ਕਹਿਦਾ ਉਹਨੇ ਆ ਜਾਓ ਉੱਧਰ ਨੂੰ ਚਲੋ ਉੱਧਰ ਨੂੰ ਚਲੇ ਉੱਧਰ ਨੂੰ ਹੁਣ ਨਹੀਂ ਬਰੋ ਹੋਣਾ ਬਹੁਤ ਬਹੁਤ ਕਰ ਲਿਆ 30-31 ਸਾਲ ਦੀ ਉਮਰ ਹੋ ਗਈ ਪੱਤੀਵਾਂ ਸੜ ਗਿਆ 30 ਸਾਲ ਦੀ ਹੋ ਗਈ 30 ਸਾਲ ਯਾਰੀਆਂ ਕਮਾਈਆਂ ਆ ਹੁਣ ਕੰਮ ਕਰਨਾ ਵਾ ਜਿੱਥੇ ਮਰਜ਼ੀ ਜਾ ਲਈ ਦੁਨੀਆਂ 'ਚ ਭਰਾ ਆਪਣੇ ਸਾਰੇ ਕਿਤੇ ਬੈਠੇ ਆ ਜੋ ਮਰਜ਼ੀ ਪਰ ਆਪਾਂ ਅੱਜ ਤੱਕ ਨਹੀਂ ਬਦਲੇ ਕਿਸੇ ਨਾਲ ਨਾ ਹੀ ਕਦੇ ਬੋਲ ਸਕਦਾ ਮੇਰਾ ਕਿਸੇ ਨਾਲ ਵੀ ਕੋਈ ਰੌਲਾ ਨਹੀਂ ਕਿਸੇ ਨਾਲ ਵੀ ਇੱਕ ਵੀ ਇੰਡਸਟਰੀ ਦਾ ਬੰਦਾ ਨਹੀਂ ਕਹਿ ਰਹੇ ਪੌਲ ਨੇ ਮੈਨੂੰ ਕਦੇ ਹਾਂ ਬੋਲਿਆ ਚੰਗਾ ਡੇ ਬਾਏ ਡੇ ਬੰਦੇ ਯਾਰ ਨਾਲ ਜੁੜੇ ਆ ਤੋੜਿਆ ਬੰਦਾ ਕੋਈ ਨਹੀਂ ਗਾ ਕਰਨੇ ਹੋਣੇ ਜ਼ਰੂਰ ਪਿੱਛੇ ਹੋਏ ਸੀ ਅਸੀਂ ਪਿੱਛੇ ਚੱਲ ਹੋ ਗਿਆ ਟਾਈਮ ਉੱਦਾਂ ਅਸੀਂ ਪਰ ਤੋੜੇ ਨਹੀਂ ਸੀ ਗਾਲਾਂ ਕੱਢ ਕੇ ਫੋਨ ਲਾਏ ਗਾਲਾਂ ਕੱਢਦੀਆਂ ਇਹ ਕਰਦੇ ਉਹ ਕਰਦੇ ਹਾਂ 20 ਵਾਰੀ ਦੂਰੋਂ ਦੂਰੀ ਹੋਏ ਹਾਂ ਗੱਲਾਂ ਹੋਈਆਂ ਪਰ ਮਤਲਬ ਇਹ ਨਹੀਂ ਸੀ ਯਾਰ ਹਾਂ ਵੀ ਮਾਵਾਂ ਭੈਣਾਂ ਨੂੰ ਗਾਲਾਂ ਕੱਢ ਲਾਂਗੇ ਮਤਲਬ ਵੀ ਨਹੀਂ ਹੈ ਅਤੇ ਨਾ ਹੀ ਕਦੇ ਕੱਢ ਸਕਦੇ ਉਹ ਨਹੀਂ ਕੱਢ ਸਕਦਾ ਉਹ ਵੀ ਨਹੀਂ ਕਿ ਕੋਈ ਵੀ ਨਹੀਂ ਆਪਾਂ ਨੂੰ ਕੱਢ ਸਕਦਾ ਨਾ ਹੀ ਜਦੋਂ ਆਪਾਂ ਨਹੀਂ ਕੱਢਦੇ ਕਿਸੇ ਨੂੰ ਆਪਾਂ ਪਿਆਰ ਵਾਲੇ ਬੰਦੇ ਹਾਂ ਜਿਹੜੀ ਉਹ ਪਿਆਰ ਕਰਦੇ ਹਾਂ ਅਤੇ ਪਿਆਰ ਲੈਂਦੇ ਹਾਂ ਬਾਕੀ ਜੇ ਕੋਈ ਬੰਦਾ ਕੋਈ ਜਿਹਾ ਹੁੰਦਾ ਫਿਰ ਉਹ ਆਪਾਂ ਤਾਂ ਤੁਹਾਨੂੰ ਪਤਾ ਹੀ ਆ ਸ਼ਕਤੀਆਂ ਆਪਣੇ ਬਹੁਤ ਆ ਬੰਦੇ ਨਾਲ ਪਹਿਲਾਂ ਹੀ ਮਾੜਾ ਹੋ ਜਾਂਦਾ ਅਤੇ ਬੰਦੇ ਨੇ ਬਹੁਤ ਕੀਤਾ ਮੇਰੇ ਨਾਲ ਪਰ ਆਪਾਂ ਨੇ ਯਾਰੀਆਂ ਨੇ ਬਹੁਤ ਪਿੱਛੇ ਘੱਟ ਖਾਧੇ ਆ ਬਹੁਤ ਘੱਟ ਖਾਧੇ ਆ ਤਾਂ ਹੀ ਸਾਰਿਆਂ ਤੋਂ ਪਿੱਛੇ ਰਹਿ ਗਿਆ ਹੁਣ ਆਹ ਸਾਲ ਚੜਿਆ ਵਾ ਲੋਕਡਾਊਨ ਨੇ ਚੱਕਰ ਚਲਾ ਤਾ ਨਹੀਂ ਹੁਣ ਤੁਹਾਨੂੰ ਪਤਾ ਟੇਪ ਚੱਲ ਪੈਣੀ ਸੀ ਅਤੇ ਗਾਹ ਪਾਈ ਜਾਣਾ ਜੀ ਪੱਤੀ ਮਸਾ ਹੁਣ ਕੰਮ ਕਰਨਾ ਹੁਣ ਕੰਮ 'ਤੇ ਧਿਆਨ ਆ ਵਿਆਹ ਹੋ ਗਿਆ ਹੁਣ ਔਰ ਮੈਂ ਘਰ ਆ ਉਹਦੇ ਅਤੇ ਸੈੱਟ ਆ ਕੰਮ ਆਲ ਗੁੱਡ ਬਾਬੀ ਓਕੇ ਜੁਮਰ ਬੋਰਡ ਆ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਜਾਂ ਕਦੇ ਭਰਨਾ ਨਹੀਂ ਰੱਬ ਨੇ ਜਿਹੜੇ ਦਿਨ ਮਾੜੇ ਬਹੁਤ ਦੇਖੇ ਆ ਜੁਮਾ ਮਾੜੇ ਮਾੜੇ ਬਹੁਤ ਦੇਖੇ ਆ ਦਿਨ ਅਤੇ ਹੁਣ ਤਾਂ ਇੰਨੇ ਚੰਗੇ ਆ ਗਏ ਆ ਹੁਣ ਤਾਂ ਮਾੜੇ ਦਾ ਡਰ ਹੀ ਨਹੀਂ ਲੱਗਦਾ ਉਦੋਂ ਮਾੜੇ ਕੀ ਹੋ ਜਾਣਗੇ ਹੁਣ ਵੀ ਚੱਲਦੇ ਰਹਿੰਦੇ ਨਹੀਂ ਕੀਤਾ ਡੂ ਯੂ ਹੈਵ ਏ ਟੈਟੂ ਟੈਟੂ ਹਾਂ ਬਰੋ ਹੈਗਾ ਟੈਟੂਆਂ ਦਾ ਟੈਟੂ ਹੈਗਾ ਹਾਂ ਐਲੀਮੈਂਟ ਦਾ ਗਾਣਾ ਠੀਕ ਹੋ ਗਿਆ ਕੀ ਆ ਹਿੰਦੀ ਰਹਿੰਦਾ ਕਰਨ ਔਜਲੇ ਨਾਲ ਗਾਣਾ ਕਰਾਂਗੇ ਬਈ ਕਰਾਂਗੇ ਟਾਈਮ ਆਊਗਾ ਕਰਾਂਗੇ ਪਰ ਮੇਰੀ ਆਦਤ ਹੁੰਦੀ ਯਾਰ ਬੰਦੇ ਨੂੰ ਲੱਗੇ ਨਾ ਉਹ ਤੁਹਾਨੂੰ ਉਹ ਬਹੁਤ ਵੱਡੇ ਲੈਵਲ 'ਤੇ ਬੈਠਾ ਕਰਨ ਕਿਉਂ ਬੰਦੇ ਦੀ ਸੋਚ ਹੁੰਦੀ ਆ ਪਰ ਮੈਂ ਕਿਸੇ ਮੈਂ ਭੀਖ ਟਾਈਪ ਬੰਦਾ ਨਹੀਂ ਗਾ ਸ਼ੁਰੂ ਤੋਂ ਹੀ ਹਾਂ ਮੇਰਾ ਪਿਆਰ ਮੇਰਾ ਭਰਾ ਜਦੋਂ ਮਰਜ਼ੀ ਉਹਨੂੰ ਹੈਕ ਠੋਕ ਕੇ ਕਹਿ ਸਕਦਾ ਮੈਂ ਪਰ ਮੈਂ ਮੰਗਦਾ ਨਹੀਂ ਵੀ ਉਹਦੇ ਇਨਵਾਇਰਮੈਂਟ ਨੂੰ ਉਹਦੇ ਆਸੇ ਪਾਸੇ ਨੂੰ ਲੱਗੇ ਵੀ ਪਤਾ ਨਹੀਂ ਪਾਲਾ ਤਾਂ ਨੇੜੇ ਆ ਰਿਹਾ ਵਾ ਮੇਰੇ ਵੀ ਇੱਥੋਂ ਗਾਣੇ ਲੈਣੇ ਹੁਣ ਨੋ ਬਰੋ ਚਾਹੇ ਮੈਨੂੰ ਸਾਰੀ ਉਮਰ ਨਾਲ ਤੇਰੇ ਨਾਲ ਬੁਲਾਵਾਂ ਪਰ ਮੈਂ ਤੇਰੇ ਨਾਲ ਮਤਲਬ ਨਾਲ ਕਦੇ ਨਹੀਂ ਜੁੜੂੰਗਾ ਕਿਸੇ ਬੰਦੇ ਮੈਂ ਅੱਜ ਤੱਕ ਕਿਸੇ ਨਾਲ ਮਤਲਬ ਨਾਲ ਜੁੜਿਆ ਹੀ ਨਹੀਂ ਅਲੀ ਬਾਈ ਆ ਬਾਈ ਨਾਲ ਖੜ੍ਹੇ ਹਾਂ ਪਹਿਲਾਂ ਅਸੀਂ ਖੜ੍ਹੇ ਹੁਣ ਵੀ ਖੜ੍ਹੇ ਹਾਂ ਕਹਿੰਦੇ ਹਾਂ ਖੜ੍ਹੇ ਹਾਂ ਜਿੰਨੇ ਜੋਗੇ ਹੈਗੇ ਖੜ੍ਹਦੇ ਹਾਂ ਪਰ ਆਪਾਂ ਨੂੰ ਚਾਪਲੂਸੀ ਨਹੀਂ ਕਰਨੀ ਆਉਂਦੀ ਮੈਂ ਕਿੰਨੇ ਕੁ ਤੁਹਾਨੂੰ ਪਤਾ ਹੀ ਆ ਅਲਕੋਹਲ 1-2 ਐਡੇ ਗ੍ਰੈਂਡ ਹਿੱਟ ਸੀਗੇ ਮੈਂ ਕਰਨ ਨੂੰ ਕਰ ਸਕਦਾ ਸੀਗਾ ਉਦੋਂ ਵੀ ਬਹੁਤ ਕਰ ਸਕਦਾ ਸੀ ਬਹੁਤ ਕਰ ਸਕਦਾ ਸੀ ਕੁਛ ਪਰ ਮੈਂ ਐਵੇਂ ਫੈਮਿਲੀ ਟਾਈਪ ਪਰਸਨ ਮੇਰੀਆਂ ਬਹੁਤ ਰਿਸਪੋਂਸੀਬਿਲਟੀ ਸੀਗੀਆਂ ਫਾਦਰ ਸਾਹਿਬ ਹੈ ਨਹੀਂ ਸ਼ੁਰੂ ਤੋਂ 2 ਮਹੀਨੇ ਦਾ ਜੇ ਚਲੇ ਗਏ ਸੀ ਅਤੇ ਇਕੱਲੇ ਇਹਨੇ ਜ਼ਿੰਦਗੀ 'ਤੇ ਹੰਢਾਇਆ ਮਾਤਾ ਦੇ 4 ਭੈਣਾਂ ਇਕੱਲੇ ਨੇ ਜ਼ਿੰਦਗੀ 'ਤੇ ਬਹੁਤ ਹੰਢਾਇਆ ਬਹੁਤ ਗਰੀਬੀ ਦੇਖੀ ਆ ਬਹੁਤ ਗਰੀਬ ਪਰਿਵਾਰ 'ਚ ਉੱਠ ਕੇ ਗਏ ਹਾਂ ਸੋ ਆਪਾਂ ਕਦੇ ਪੈਰ ਨਹੀਂ ਛੱਡ ਸਕਦੇ ਸੋ
ਮੈਨੂੰ ਇਹ ਹੁੰਦਾ ਵੀ ਯਾਰ ਬੰਦੇ ਨੂੰ ਨਾ ਲੱਗੇ, ਬੰਦੇ ਨੂੰ ਨਾ ਲੱਗੇ ਵੀ ਯਾਰ ਕਰਨੇ ਨੂੰ ਨਾ ਲੱਗੇ, ਕਦੇ ਸਿੱਧੂ ਨੂੰ ਨਾ ਲੱਗੇ। ਪਰ ਮੈਂ ਕਦੇ ਵੀ ਇਹਨਾਂ ਦੇ ਗਾਣੇ ਗੂਣੇ ਪੋਸਟਰ ਮੈਂ ਬਹੁਤ ਘੱਟ ਸ਼ੇਅਰ ਕਰਦਾ ਹੁੰਦਾ। ਚੱਲ ਕਰਨੇ ਤਾਂ ਆਪਣਾ ਹੈ ਨਹੀਂ, ਆਪਣੇ ਤਾਂ ਆਪਣੀ ਇਨ ਟੱਚ ਹੈ ਨਹੀਂ ਗਾ, ਮੇਰੇ ਕੋਲ ਨੰਬਰ ਹੈਗੇ ਸਾਰਿਆਂ ਦੇ ਨੰਬਰ, ਭੈਣ ਦੇ ਨੰਬਰ, ਭੈਣ ਨਾਲ ਗੱਲ ਹੁੰਦੀ, ਉਹਦੀ ਵਾਈਫ ਦੇ ਨੰਬਰ ਵੀ ਹੈਗਾ ਕਰਨੇ ਕਰਨੇ ਦਾ ਮੇਰੇ ਕੋਲ ਪਲਕ ਦਾ। ਬਟ ਮੈਂ ਕਦੇ ਵੀ ਇਨਵੋਲਵ ਨਹੀਂ ਹੁੰਦਾ ਹੁੰਦਾ ਵੀ ਨਹੀਂ ਯਾਰ ਕੋਈ ਨਾ, ਬੰਦੇ ਨੂੰ ਇਹ ਨਾ ਲੱਗੇ ਵੀ ਸਾਡੇ ਨੇੜੇ ਤਾਂ ਆ ਰਿਹਾ ਬਈ ਇਹਨੂੰ ਗਾਣੇ ਦੀ ਲੋੜ ਹੋਊਗੀ। ਆਹ ਹੁਣ ਤੁਹਾਡੇ ਸਾਹਮਣੇ ਆ ਟੇਪ ਦੇ ਵੀ ਨਵੇਂ ਮੁੰਡੇ ਆ ਸਾਰੇ, ਮੈਂ ਨਵੇਂ ਮੁੰਡੇ ਨੂੰ ਚਾਂਸ ਦਿੰਦਾ, ਕਦੋਂ ਮੈਨੂੰ ਵੀ ਕਿਸੇ ਨੇ ਚਾਂਸ ਦਿੱਤਾ ਸੀ। ਹੁਣ ਮਿਊਜ਼ਿਕ ਵੀ ਨਵੇਂ ਮੁੰਡੇ ਨੇ ਕੀਤਾ, ਗਰਾਰੀ ਆ ਵਿਚਾਰੇ ਗਾਣੇ ਆ ਰਹੇ ਪਹਿਲਾਂ, ਪਰ ਹੁਣ ਹਜੇ ਨਾ ਜਾਣਦਾ ਨਹੀਂ ਕੋਈ। ਆ ਗਿਆ ਬਣ ਗਿਆ ਚਿਕਨ ਆ ਗਿਆ। ਅਤੇ ਮੇਰੀ ਆਦਤ ਨਹੀਂ ਹੁੰਦੀ ਵੀ ਇਹਨਾਂ ਨੂੰ ਆਏ ਨਾ ਲੱਗੇ ਬਈ ਯਾਰ ਬੰਦਾ ਖਣੀ ਤਾਂ ਨੇੜੇ ਆ ਰਿਹਾ ਸਾਡੇ ਵੀ ਇਹਨੂੰ ਕੋਈ ਲੋੜ ਨਾ ਹੋਵੇ। ਪਰ ਮੈਂ ਆਲਵੇਜ਼ ਤਾਂ ਹੀ ਮੈਨੇਜਮੈਂਟ ਦੇ ਨੰਬਰ 'ਚ ਕਹਿੰਦਾ ਜਿਹੜੇ ਬੰਦੇ ਯਾਰ ਨਵਾਂ ਲਿਖਦੇ ਆ ਅਤੇ ਉਹ ਮਿਊਜ਼ਿਕ ਕਰਦੇ ਆ, ਜਦੋਂ ਮਰਜ਼ੀ ਐਨੀ ਟਾਈਮ ਮੇਰੇ ਨਾਲ ਕੰਟੈਕਟ ਕਰੋ, ਮੈਂ ਆਊਂਗਾ ਤੁਹਾਡੇ ਕੋਲ। ਆਪਾਂ ਥੋੜ੍ਹਾ ਜਿਹਾ ਮਾਹੌਲ ਜਿਹਾ ਚੱਲ ਰਿਹਾ ਤੁਹਾਨੂੰ ਪਤਾ ਵਾ, ਮੈਂ ਆਪ ਚੱਲ ਕੇ ਆਊਂ ਤੁਹਾਡੇ ਕੋਲ ਵੀ ਯਾਰ ਮੇਰਾ ਗਾਣਾ ਕਰ ਉਸਤਾਦ, ਤੇਰੀ ਮਿਹਨਤ ਵੀ ਦਊਂਗਾ, ਮੈਂ ਇਹੋ ਜਿਹਾ ਬੰਦਾ ਵਾਂ। ਪਰ ਮੈਨੂੰ ਇਹ ਨਹੀਂ ਹੁੰਦਾ ਕੋਈ ਬੰਦਾ ਕਵੇ ਯਾਰ ਵੀ ਨਹੀਂ ਯਾਰ ਵੀ ਇਹ ਬੰਦਾ ਇਹਨੂੰ ਐਂ ਲੱਗੇ ਵੀ ਯਾਰ ਸਾਲਾ ਮੇਰੇ ਨੇੜੇ ਤਾਂ ਆ ਰਿਹਾ ਵੀ ਇੰਨੀ। ਹੁਣ ਮੈਨੂੰ ਸਰਪੰਚ ਆ ਸਰ ਵੀ ਆਪਣਾ ਭਰਾ ਜੂ ਨੂੰ ਇਹ ਬਹੁਤ ਕਹਿੰਦੇ, ਕੱਲ੍ਹ ਵੀ ਸਰ ਵੀ ਨਾਲ ਘੰਟਾ ਟੋਪਿਕ 'ਤੇ ਗੱਲ ਕਰਦਾ ਰਿਹਾ ਮੈਂ। ਮੈਂ ਕਿਹਾ ਬਾਬਾ ਭਰਾ ਆਪਣਾ ਇਹ 'ਚ ਕੋਈ ਸ਼ੱਕ ਨਹੀਂ ਆ, ਪਰ ਮੈਂ ਕਿਹਾ ਦਿਮਾਗ 'ਚ ਨਾ ਜਾਵੇ ਆ, ਫਿਰ ਵੀ ਕੋਈ ਜਿਹੜਾ ਫੇਮ ਹੁੰਦੀ ਆ ਨਾ ਸਾਹਮਣੀ ਬਹੁਤ ਔਖੀ ਆ, ਬਹੁਤ ਜ਼ਿਆਦਾ ਔਖੀ ਆ। ਮੈਂ ਕਿਹਾ ਵੀ ਇਹਦੇ ਦਿਮਾਗ 'ਚ ਨਾ ਕਦੇ ਆਵੇ ਕਰਨੇ ਦੇ ਵੀ ਯਾਰ ਪਤਾ ਨਹੀਂ ਪਾਲਾ ਤਾਂ ਨੇੜੇ ਵੀ ਆ ਰਿਹਾ ਵਾ। ਨੋ ਬਰੋ ਮੈਂ ਆਪਾਂ ਜ਼ਿੰਦਗੀ 'ਤੇ ਚੰਗਾ ਮਾੜਾ ਟਾਈਮ ਬਹੁਤ ਦੇਖਿਆ ਦੋਨਾਂ ਨੇ, ਪਤਾ ਨਹੀਂ ਕਿੰਨੇ ਵਾਰੀ ਮਰਨ ਨੂੰ ਬਚਿਆ ਕਿੰਨੇ ਵਾਰੀ, ਅਤੇ ਉਹਨੂੰ ਪਤਾ ਕਰਨੇ ਨੂੰ। ਪਰ ਅੱਜ ਤੱਕ ਹਾਂ ਮੈਂ ਫੈਮਲੀ ਕਰਕੇ ਮੇਰੀ ਮੋਮ ਜ਼ਿਆਦਾ ਕਰਨ ਲੱਗ ਜਾਂਦੀ ਹੁਣ ਵੀ ਕਰਨ ਘਰੇ ਆਉਂਦਾ, ਕਿਉਂਕਿ ਘਰੇ ਆਉਂਦਾ ਕਿੱਥੇ ਰਹੇ ਤਿੰਨ ਚਾਰ ਦਾ, ਜਸਟ ਬਿਕੋਜ਼ ਫੈਮਲੀ ਦਾ ਕਰਕੇ ਉੱਧਰ ਭੈਣ ਕਹਿਣ ਲੱਗ ਜਾਂਦੀ ਆ। ਅਨਲੈਸ ਨੋ ਬਰੋ ਮੈਂ ਬਿਜ਼ਨਸ ਨਹੀਂ ਕਰੂੰਗਾ ਉਹਦੇ ਨਾਲ, ਮੈਂ ਕਹਿੰਦਾ ਬਿਜ਼ਨਸ ਨਹੀਂ ਕਰੂੰਗਾ ਜੇ ਉਹ ਨਹੀਂ ਚਾਹੂਗਾ ਤਾਂ ਆਈ ਡੋਂਟ ਵਾਂਟ ਦੈਟ। ਪਰ ਮੈਂ ਫੈਮਲੀ ਨੂੰ ਨਹੀਂ ਆਦਿ ਨੂੰ ਨਰਾਜ਼ ਕਰ ਸਕਦਾ। ਹੁਣ ਮੇਰੇ ਜਵਾਕ ਭਾਣਜੇ ਵੱਡੇ ਹੋ ਰਹੇ ਆ, ਭਾਣਜੇ ਵੱਡੇ ਕਦੇ ਉਹਨਾਂ ਨੂੰ ਖੜਾਉਂਦਾ ਰਿਹਾ ਵਾ, ਹੁਣ ਉਹ ਮੈਨੂੰ ਕਹਿੰਦੇ ਆ ਬਈ ਤੂੰ ਕਰ ਬਈ ਗੱਲਬਾਤ ਕਰੋ, ਕੰਮ ਚਾਹੇ ਨਾ ਕਰੋ, ਬਿਕੋਜ਼ ਫੈਮਲੀ ਪ੍ਰੈਸ਼ਰ ਆ। ਅਨਲੈਸ ਆਈ ਡੋਂਟ ਵਾਂਟ ਦੈਟ, ਮੈਨੂੰ ਕੋਈ ਚੱਕਰ ਨਹੀਂ ਨਾ ਹੀ ਗਾਣਿਆਂ ਗੁਣਿਆਂ ਦਾ, ਭੈਣ ਚੋ ਗਾਣਿਆਂ ਦਾ ਆਪਾਂ ਕੀੜਾ ਹੀ ਨਹੀਂ ਗਾ, ਹੁਣ ਹੈਗਾ ਵਾ ਹੁਣ ਆਪਦੀ ਕਰੀ ਜਾਂਦੇ, ਹੁਣ ਨਵੇਂ ਮੁੰਡਿਆਂ ਨੂੰ ਸਾਰਿਆਂ ਨੂੰ ਚਾਂਸ ਦਿੰਦਾ ਮੈਂ। ਪਾਲੇ ਬਾਈ ਰੂਮ ਸਾਰੇ ਕਹਿੰਦੇ ਕਰਨ ਲਈ ਤੁਸੀਂ ਸਾਰੇ ਇਕੱਠੇ ਰਹੋ, ਵਧੀਆ ਲੱਗਦੇ ਆ ਸਾਨੂੰ ਸਭ ਨੂੰ, ਜ਼ਰੂਰ ਬਾਈ। ਬਸ ਮਾੜਾ ਜਿਹਾ ਮਾਹੌਲ ਠੀਕ ਹੋ ਲੈਣ ਦੇ, ਅਤੇ ਜਦੋਂ ਕਦੇ ਬਾਹਰ ਜਾਂਦੇ ਹਾਂ ਜ਼ਰੂਰ ਬਾਈ ਇਕੱਠੇ ਹੋਵਾਂਗੇ। ਮੈਂ ਤਾਂ ਸਾਰਿਆਂ ਨੂੰ ਇਕੱਠੇ ਕਰਨ ਫਿਰਦਾ, ਮੈਂ ਸਿੱਧੂ ਨੂੰ ਕਿਦਨ ਕਿਹਾ ਸੀ, ਸਿੱਧੂ ਨੂੰ ਆਪਣਾ ਵਧੀਆ ਮੰਨਦਾ, ਪਿਆਰ ਆ, ਵਧੀਆ ਮੰਨਦਾ ਆਪਣੇ ਨਾਲ ਗੱਲਬਾਤ ਕਰਦਾ ਰਹਿੰਦਾ। ਹੁਣ ਵੀ ਚੱਲ ਪਹਿਲਾਂ ਨਹੀਂ ਨੇੜੇ ਤਾਂ ਨਹੀਂ ਸਾਡਾ ਸ਼ੋਅ ਸੀਗਾ ਸਰੀ, ਉਦੋਂ ਉੱਥੇ ਚੰਨੀ ਨੱਤਾਂ ਹੋਣੀਆਂ ਉੱਥੇ ਸ਼ੋਅ ਕਰਾਉਣ ਸ਼ੋਅ ਸੀ ਉਹਨਾਂ ਦਾ, ਉਦੋਂ ਲੜਾਈ ਜੀ ਹੋ ਗਈ ਸੀ, ਉੱਥੇ ਸ਼ੋਅ ਕੈਂਸਲ ਹੋ ਗਿਆ ਸੀ। ਉਦੋਂ ਸਿੱਧੂ ਮੈਨੂੰ ਮਿਲਿਆ ਸੀਗਾ, ਪਰ ਉਦੋਂ ਸਾਡੇ ਧੌਣ 'ਚ ਗੱਲ ਸੀਗਾ ਐਵੇਂ ਤੁਹਾਨੂੰ ਕਹਿ ਦਈਏ। ਉਦੋਂ ਮੈਂ ਜਿੰਨਾ ਚਿਰ ਸਿੱਧੂ ਕਾ ਮੈਂ ਮੇਰੀਆਂ ਜਿਹੜੇ ਪੁਰਾਣੇ ਬੰਦੇ ਕਹਿੰਦਾ ਸਨੈਪਚੈਟ 'ਤੇ, ਮੈਂ ਕਦੇ ਵੀ ਸਿੱਧੂ ਦੇ ਗਾਣੇ ਨਹੀਂ ਪਾਉਂਦਾ ਹੁੰਦਾ ਸੀ। ਮੈਂ ਕਹਿੰਦਾ ਯਾਰ ਨਹੀਂ ਯਾਰ ਕਰਨੇ ਨਾਲ ਨਹੀਂ ਬਣਦੀ, ਚਾਹੇ ਹਾਲਾਂਕਿ ਕਰਨ ਉਦੋਂ ਹੀ ਪਾਸੇ ਹੋ ਗਏ ਸੀ। ਮੈਂ ਇਹ ਨੂੰ ਕਿਹਾ ਬਾਬਾ ਇਹਨੂੰ ਕਹਿੰਦਾ, ਮੈਂ ਕਿਹਾ ਬਾਬਾ ਨਾ ਆਪਾਂ ਸਨੈਪਚੈਟ ਨਹੀਂ ਪਾਉਣੀ ਸਿੱਧੂ ਦੀ, ਵੀ ਆਪਣੇ ਕਰਨੇ ਨਾਲ ਬਣਦੀ ਨਹੀਂ ਦੀ, ਇਹਨਾਂ ਦੀ ਔਖੇ ਭਾਰੇ ਹੋਏ ਪਏ, ਪਰ ਆਪਾਂ ਬਈ ਆਪਣਾ ਫਿਰ ਵੀ ਕਰਨਾ ਭਰਾ ਵਾ ਜੋ ਮਰਜ਼ੀ ਹੈ। ਮੈਂ ਅੱਜ ਤੱਕ ਪਰ ਜਦੋਂ ਇਹ ਸਿੱਧੂ ਨੇ ਸਾਡੇ ਪਿੱਛੇ ਹੈਲਪ ਕੀਤੀ ਇੱਕ ਚੱਕਰ ਕੇਸ ਦੇ ਵਿੱਚ, ਅਤੇ ਉਦੋਂ ਸਿੱਧੂ ਨੇ ਸ਼ਰਿਆਮ ਕਿਹਾ, ਕਹਿੰਦਾ ਬਾਦ ਨਾਲ ਆਉਂਦੇ ਤੇਰੇ ਗੇਮ ਚੇਂਜਰ ਆ ਜੀ ਰਾਜੂ ਨੂੰ ਫੋਨ ਕਰਕੇ, ਉਹਨੂੰ ਕਿਹਾ ਸੀ ਨੇ ਵੀ ਬਾਬਾ ਤੇਰੇ ਨਾਲ ਆਵੇ, ਕੁਝ ਹੋਰ ਹੈਲਪ ਹੀ ਤਾਂ ਦੱਸਿਓ। ਉਹ ਆਸਾਨ ਆਪਣਾ ਬਹੁਤ ਵੱਡਾ ਜੀ ਸਿੱਧੂ ਦਾ ਆਪਣੇ 'ਤੇ, ਮੇਰੇ 'ਤੇ ਆ ਹੋਰ ਕੋਈ ਮੈਂ ਮੰਨਦਾ ਨਹੀਂ, ਮੇਰੇ 'ਤੇ ਬਹੁਤ ਵੱਡਾ ਆਸਾਨ ਆ। ਜਦੋਂ ਉਸ ਟਾਈਮ 'ਤੇ ਬੰਦੇ ਨੇ ਮਦਦ ਕੀ, ਹਾਲਾਂਕਿ ਮਦਦ ਆ ਕੋਈ ਨਹੀਂ ਕਰ ਸਕਦਾ ਸੀ ਉਹ ਚੀਜ਼ ਨਹੀਂ, ਪਰ ਬੰਦੇ ਨੇ ਹਾਂ ਦਾ ਨਾਰਾ ਹੀ ਮਾਰਿਆ। ਉਹ ਚੀਜ਼ ਨੇ ਆਪਾਂ ਨੂੰ ਉਹ ਦਿਨ ਗਿਆ ਸਿੱਧੂ ਦੀਆਂ ਸਟੋਰੀਆਂ ਕੀ ਛੱਡ ਕੀ ਮੈਂ ਸਾਰੀਆਂ ਸਟੋਰੀਆਂ ਸਨੈਪਚੈਟਾਂ ਪਾਉਂਦਾ ਰਿਹਾ, ਹਾਲਾਂਕਿ ਮੈਂ ਮਿਲਿਆ ਨਹੀਂ ਸੀ ਉਸ ਤੋਂ ਬਾਅਦ ਬਾਈ ਨੂੰ, ਪਰ ਪਾਉਂਦੇ ਰਹੇ ਵੀ ਨਹੀਂ ਯਾਰ ਭਰਾ ਆਪਣਾ ਕੋਈ ਚੱਕਰ ਨਹੀਂ, ਹੁਣ ਆਪਣਾ ਭਰਾ ਵਾ, ਹੁਣ ਕੋਈ ਚੱਕਰ ਨਹੀਂ। ਬੰਦੇ ਨੇ ਮਦਦ ਦੀ ਹਾਂ ਦਾ ਨਾਰਾ ਹੀ ਮਾਰਤਾ ਵੀ ਕੋਈ ਗੱਲ ਨਹੀਂ ਹੁਣ ਨਾਲ ਆ, ਹੁਣ ਮਿਲ ਕੇ ਮੈਂ ਉੱਧਰ, ਮੈਂ ਨਹੀਂ ਮੇਰੇ ਤਾਂ ਮੈਂ ਤਾਂ ਬਾਹਲਾ ਹੋਰ ਹਿਸਾਬ ਦਾ ਬੰਦਾ ਵਾਂ, ਮੈਂ ਗਿਆ ਵੀ ਨਹੀਂ ਗਾ ਜੀ, ਮੈਂ ਘਰੇ ਵੀ ਨਹੀਂ ਜਾਂਦਾ ਸੀ ਸਿੱਧੂ ਦੇ, ਫੋਨ ਵੀ ਨਹੀਂ ਕਰਦਾ ਹੁੰਦੇ ਮੇਰੇ, ਉਵੇਂ ਬਸ ਵੀ ਯਾਰ ਕੋਈ ਚੱਕਰ ਨਹੀਂ ਸਿੱਧੂ ਆ ਠੀਕ ਆ ਵਧੀਆ ਗਾਉਂਦਾ ਓਕੇ ਰਿਪੋਰਟ ਆ। ਅਤੇ ਪਰ ਜਦੋਂ ਉਹ ਹੈਪਨ ਤੋਂ ਬਾਅਦ ਮੈਂ ਫੋਨ ਵੀ ਕਰ ਲੱਭ ਨੰਬਰ ਲੱਭ ਲਾ ਫੋਨ ਕਰਨੇ, ਇਹਦੇ ਡੈਡੀ ਨੂੰ ਫੋਨ ਕਰਨਾ, ਫਿਰ ਲੁਧਿਆਣੇ ਸ਼ੋਅ 'ਤੇ ਸਪੈਸ਼ਲੀ ਬੁਲਾਇਆ ਨਹੀਂ ਸੀ ਇੱਥੇ ਮੈਨੂੰ, ਹਾਲਾਂਕਿ ਮੈਂ ਜਾ ਕੇ ਰਾਜੀ ਨਹੀਂ ਸੀ, ਉੱਥੇ ਮੁੰਡੇ ਆਪਣੇ ਭਰਾਵਾਂ ਨੇ ਕਰਾਏ ਸ਼ੋਅ, ਮੈਂ ਜਾ ਕੇ ਰਾਜੀ ਨਹੀਂ ਸੀ, ਪਰ ਉੱਥੇ ਫਿਰ ਵੀ ਬੁਲਾਇਆ ਇਹਨੇ ਮੈਨੂੰ, ਪਹਿਲਾਂ ਪਛਾਣਾ ਨਹੀਂ ਮੇਰੇ ਟੋਪੀ ਟੁੱਪੀ ਲਈ ਕੁੜਤਾ ਮੈਂ ਪਾਈ, ਫਿਰ ਨੇ ਮੇਰੇ ਉੱਥੇ ਬਿੱਗ ਬੜ ਮਿਲੇ ਮੈਨੂੰ। ਅਤੇ ਫਿਰ ਆਪਾਂ ਇਹਦੇ ਨਾਲ ਫਿਰ ਜਦੋਂ ਵੀ ਬਾਈ ਦੱਸੀ ਜੇ ਕੋਈ ਲੋੜ ਹੋਈ ਜਿੰਨੇ ਜਾਗੋ ਖੜ੍ਹੇ ਹਾਂ ਤੇਰੇ ਲਈ, ਸਿੱਧੂ ਨੂੰ ਕਹਿੰਦੇ ਸਿੱਧੂ ਵੀ ਆਪਣੇ ਲਈ
ਅਸੀਂ ਕਹਿੰਦੇ ਬਾਈ ਚੱਕਰ ਹੀ ਕੋਈ ਨਹੀਂ, ਹੁਣ ਪਿੰਡ ਗਏ ਉੱਧਰ ਨਹੀਂ, ਸਾਰਾ ਦਿਨ ਉੱਥੇ 5-7 ਘੰਟੇ ਬੈਠੇ ਰਹੇ, ਗੱਲਾਂ ਬਾਤਾਂ ਪੁਰਾਣੀਆਂ ਕਰਦੇ ਰਹੇ, ਮਾਹੌਲ ਦੀਆਂ ਗੱਲਾਂ ਕਰਦੇ ਨੇ, ਜਿਹੜਾ ਲੰਘ ਕੇ ਗਏ ਸਾਡੇ 'ਤੇ ਪਰ ਮਤਲਬ ਨਹੀਂ। ਸੋ ਹੁਣ ਤਾਂ ਅਸੀਂ ਤਾਂ ਉਹਨਾਂ ਦੀਆਂ ਫੈਮਿਲੀਜ਼ ਨੂੰ ਦੇਖ ਕੇ, ਮੈਂ ਇਹੋ ਜਿਹਾ ਬੰਦਾ ਮੈਂ ਛੇਤੀ ਕਿਹਦੇ ਘਰੇ ਵੜਦਾ ਨਹੀਂ, ਜਿਹਦੇ ਮੈਂ ਘਰੇ ਵੜ ਗਿਆ ਫਿਰ ਉਹ ਮੇਰੀ ਕੋਈ ਉੱਥੇ ਭਾਬੀ ਨਹੀਂ, ਮੇਰੀ ਕੋਈ ਭੈਣ, ਮੇਰੀਆਂ ਸਾਰੀਆਂ ਭੈਣਾਂ ਵਾਂ, ਮੈਂ ਬਹੁਤ ਇਹੋ ਜਿਹਾ ਬੰਦਾ ਵਾਂ, ਮੈਂ ਭਾਬੀ ਬਹੁਤ ਘੱਟ ਵਰਡ ਯੂਜ਼ ਕਰਦਾ ਹੁੰਦਾ, ਇਹ ਬੜਾ ਅਕੋਰਡਿੰਗ ਟੂ ਮੀ, ਮੈਂ ਭਾਬੀ ਵਰਡ ਬਹੁਤ ਘੱਟ, ਮੈਂ ਭੈਣ ਯੂਜ਼ ਕਰਦਾ ਹਾਂ, ਜਿਹਦੇ ਘਰ ਜਾਵੜਾ, ਮੇਰੇ ਜਿੰਨੇ ਪੁਰਾਣੇ ਯਾਰ ਦੇ ਸਾਰੇ ਜਾਣਦੇ ਮੈਨੂੰ, ਚਿਰਦੇ ਰਹਿੰਦੇ ਆ। ਇਹਨਾਂ ਦੀਆਂ ਫੈਮਿਲੀਜ਼ ਨੂੰ, ਇਹਨਾਂ ਦੀਆਂ ਫੈਮਿਲੀਜ਼ ਦਾ ਐਡਾ ਮੈਂ ਵੀ ਗਿਆਨੀ ਨਹੀਂ ਹੈਗਾ, ਵਿਦਵਾਨ ਨਹੀਂ ਹੈਗਾ, ਆਪਦੇ ਆਪ ਨੂੰ ਲੱਗਦਾ ਵੀ ਇਹਨਾਂ ਦੀ ਫੈਮਿਲੀ ਦੇ ਕੀ ਹੁੰਦਾ ਹੋਊਗਾ, ਸਿੱਧੂ ਦੀ ਇੱਕ, ਉਹਦੀ ਦੂਜੇ ਦੀ, ਫਨੀ ਦੀ, ਬਿਗ ਬਰਡ ਦੀ, ਫੈਮਿਲੀਜ਼ 'ਤੇ ਕੀ ਇਫੈਕਟ ਪੈਂਦਾ, ਬਿਕੋਜ਼ ਮੈਂ ਉਹੜੀ ਚੀਜ਼ ਲੰਘਿਆ ਹੋਇਆ। ਸੋ ਮੈਨੂੰ ਹੋਰ ਕੋਈ ਚੱਕਰ ਨਹੀਂ, ਆਪਾਂ ਨੂੰ ਵੀ ਨਾ ਕੋਈ ਪਬਲਿਸਿਟੀ ਵਾਲਾ ਕੰਮ ਆ, ਨਾ ਕੋਈ ਹੋਰ ਆ, ਭੈਣ 'ਚ ਪਬਲਿਸਿਟੀ ਤਾਂ ਆਪੇ ਪਬਲਿਸਿਟੀ ਉਹ ਉਹਨਾਂ ਬੰਦਿਆਂ ਨੇ ਲੈਣੀ ਹੁੰਦੀ ਆ, ਜਿਹੜੇ ਬੰਦਿਆਂ ਨੂੰ, ਜਿਹੜੇ ਬੰਦੇ ਚੋਰ ਹੁੰਦੇ, ਡਰਦੇ ਹੁੰਦੇ ਗਏ ਚੀਜ਼ ਤੋਂ, ਉਹਨਾਂ ਬੰਦਿਆਂ ਨੇ ਵੀ ਜੇ ਕਲਾ ਹੈ ਨਹੀਂ, ਅੱਗੇ ਨੂੰ ਗਾਲਾਂ ਕੱਢੋ, ਚਾਰ ਫੇਮਸ ਹੋ ਜਾਏ, ਆਪਾਂ ਨੂੰ ਕੋਈ ਸੀਨ ਨਹੀਂ ਆ। ਅਤੇ ਐਲੀ ਮਾਂਗ ਟੈਣ ਦੀਪ ਜੰਡੂ ਨੂੰ ਇਕੱਠੇ ਕਰੋ ਬਾਈ, ਇਹ ਉਹਨਾਂ ਦੀ ਸੋਚ ਆ ਬਾਈ, ਹੁਣ ਮੈਨੂੰ ਪਤਾ ਨਹੀਂ, ਦੀਪ ਬਾਈ ਨਾਲ ਮੇਰਾ ਕੋਈ ਰੌਲਾ ਨਹੀਂ ਸੀ, ਦੀਪ ਬਾਈ ਨਾਲ ਮੇਰਾ ਕੋਈ ਰੌਲਾ ਨਹੀਂ ਸੀ, ਦੀਪ ਨਾਲ ਗਾਣਾ ਕਿਤੇ ਬਠਿੰਡਾ ਟੂ ਮਿਆਮੀ ਬਾਈ ਦੇ ਸਟੂਡੀਓ 'ਚ ਮੈਂ ਕਰਨੇ ਨੇ ਲਿਖਿਆ ਜੀ, ਇੱਕ ਪਹਿਰਾ ਦਾ ਇੱਕ ਪਹਿਰਾ ਮੈਂ ਲਿਖਿਆ ਜੀ, ਵਧੀਆ ਯਾਰ, ਇਟ ਵਾਸ ਗੁੱਡ ਟਾਈਮ, ਜਦੋਂ ਇਕੱਠੇ ਸੀਗੇ ਵਧੀਆ ਟਾਈਮ ਸੀਗੇ, ਪਰ ਮਜਬੂਰੀਆਂ ਲਾ ਲਓ, ਹਾਲਾਤ ਲਾ ਲਓ, ਬੰਦੇ ਨੂੰ ਦੂਰ ਕਰ ਦਿੰਦੇ ਆ। ਆਪਾਂ ਤਾਂ ਕਹਿੰਦੇ ਸਾਰੇ ਇਕੱਠੇ ਹੋਣ ਯਾਰ, ਮੈਂ ਤਾਂ ਉਦੋਂ ਸਿੱਧੂ ਨੂੰ ਵੀ ਕਿਹਾ ਸੀ, ਸਿੱਧੂ ਕਹਿੰਦਾ, ਸਿੱਧੂ ਨੇ ਇੱਕ ਵਰਡ ਨਹੀਂ ਮੈਨੂੰ ਕਹਿੰਦੇ ਕਰਨੇ ਬਾਰੇ ਕਿਹਾ, ਗਲਤ ਕੁਛ ਕਹਿੰਦਾ ਯਾਰ, ਕਈ ਵਾਰੀ ਬੰਦੇ, ਬੰਦਾ ਕੋਈ ਨਹੀਂ ਮਾੜਾ ਹੁੰਦਾ, ਬੰਦੇ ਦੇ ਸਲਾਹਕਾਰ ਮਾੜੇ ਹੁੰਦੇ, ਬੰਦਾ ਕੋਈ ਨਹੀਂ ਮਾੜਾ ਹੁੰਦਾ, ਬੰਦੇ ਨੂੰ ਸਾਈਡਾਂ ਤੋਂ ਕੰਨਾਂ 'ਚ ਹੁੱਕਾ ਮਾਰਨ ਵਾਲੇ ਮਾੜੇ ਹੁੰਦੇ, ਇਹ ਮੇਰੀ ਸੋਚ ਆ। ਸਿੱਧੂ ਨੇ ਕਿਹਾ ਉਦੋਂ ਇੱਕ ਵਾਰੀ, ਸਿੱਧੂ ਨੂੰ ਕਹਿੰਦਾ ਵੀ ਇੱਦਾਂ ਦਾ ਕਰਕੇ, ਯਾਰ ਕਹਿੰਦਾ ਮੇਰਾ ਕਰਨੇ ਦਾ ਕੋਈ ਰੌਲਾ ਹੀ ਨਹੀਂ ਸੀ, ਕੋਈ ਨਹੀਂ, ਕਹਿੰਦਾ ਯਾਰ ਠੀਕ ਆ, ਕਹਿੰਦਾ ਕਾਹਦੀ ਵੀ ਚੀਜ਼, ਕਹਿੰਦਾ ਉਦੋਂ ਬੋਲਿਆ ਗਿਆ ਹੋਊ, ਮੇਥੋਂ ਬੋਲਿਆ ਗਿਆ ਹੋਊਗਾ, ਸਟੇਜਾਂ 'ਤੇ ਕਹਿੰਦਾ ਕਰਦੇ ਹਾਂ, ਹੁਣ ਕਹਿੰਦਾ ਉਹ ਹੀ ਕਰ ਦਿੰਦਾ, ਇੱਧਰੋਂ ਮੈਂ ਵੀ ਕਰ ਦਿੰਦਾ, ਹੁਣ ਕਹਿੰਦਾ ਲੋਕ ਵੀ ਪਿਆਰ ਕਰਨ ਲੱਗ ਗਏ, ਆਪਣਾ ਕਹਿੰਦਾ ਉਹਦਾ ਹੈ ਹੀ ਨਹੀਂ ਕੋਈ ਗੱਲਬਾਤ, ਹੈ ਨਹੀਂ ਇੱਦਾਂ ਦੀ ਕੋਈ, ਕੋਈ ਵੀ ਗੱਲਬਾਤ ਨਹੀਂ ਯਾਰ, ਕਹਿੰਦਾ ਦਿਲ 'ਚ ਕੋਈ ਨਹੀਂ, ਹਾਲਾਂਕਿ ਮੇਰੀ ਕਰਨੇ ਨਾਲ ਇਹ ਟੋਪਿਕ 'ਤੇ ਕੋਈ ਗੱਲ ਨਹੀਂ ਹੋਈ, ਕੋਈ ਮੇਰੀ ਕਰਨੇ ਨਾਲ ਫੋਨ 'ਤੇ ਨਹੀਂ ਗੱਲ ਹੋਈ, ਅਤੇ ਹਾਂ ਕਰਨੇ ਨੂੰ ਮੈਂ ਮੈਸੇਜ ਜ਼ਰੂਰ ਛੱਡਿਆ ਸੀ, ਅਗਰ ਥੋੜ੍ਹੇ ਦਿਨ ਹੋ ਗਏ ਜਿੱਦਣ ਗਾਣਾ ਆਇਆ, ਫਿਰ ਉੱਧਰੋਂ ਮੈਂ ਮੈਸੇਜ ਛੱਡਿਆ ਸੀ ਆਪਣਾ ਵਟਸਐਪ 'ਤੇ, ਮੈਂ ਕਿਹਾ ਯਾਰ ਗਾਣਾ ਵਾਕਈ ਬਹੁਤ ਮਜ਼ਬੂਰ ਕਰਤਾ, ਬਹੁਤ ਡੂੰਘਾ ਲਿਖਿਆ ਗਾਣਾ, ਅਤੇ ਸ਼ੇਖ ਵੇਲੀ, ਹਾਂ ਸ਼ੇਖ ਅਤੇ ਹਾਂ ਦੋਨਾਂ ਵਾਰੀ ਆਇਆ ਸੀ, ਹਾਂ ਦੋਨਾਂ ਵਾਰੀ ਛੱਡਿਆ ਸੀ ਮੈਸੇਜ ਯਾ, ਅਤੇ ਪਰ ਮਤਲਬ ਵਧੀਆ ਬੈਠਿਆ, ਜਿੱਥੇ ਵਧੀਆ ਮੁਕਾਮ 'ਤੇ ਬੈਠਿਆ, ਆਪਾਂ ਤਾਂ ਕਹਿੰਦਾ ਹੋਰ ਵੀ ਉੱਚੇ ਜਾਣ ਭਰਾ ਆਪਣੇ, ਉਹਨੂੰ ਖੁਸ਼ੀ ਤਾਂ ਇਹ ਗੱਲ ਦੀ ਹੁੰਦੀ ਵੀ ਚੱਲ ਵੀ ਕਿਤੇ ਜਾ ਰਿਹਾ ਨਾਲ ਸੀ ਕਿਸੇ ਟਾਈਮ, ਅੱਜ ਨਹੀਂ ਕੋਈ ਨਾ, ਇਨ ਫਿਊਚਰ ਹੋ ਜਾਵਾਂਗੇ, ਨਾ ਵੀ ਹੋਵਾਂਗੇ, ਇਸ ਲਈ ਕਹਿ ਤਾਂ ਸਕਦੇ ਵੀ ਆਪਣਾ ਭਰਾ ਯਾਰ, ਚੱਕਰੀ ਕੋਈ ਨਹੀਂ। ਸੋ ਰੋਟੀ ਗੀਤ ਸੁਣ ਕੀ ਹੁੰਦਾ ਇਹ ਕਾਲਾ ਸੁਣਦਾ, ਅਤੇ ਚਲੋ ਥੈਂਕ ਯੂ ਸੋ ਮੱਚ, ਚਾਹੁੰਦੇ ਵੱਸਦੇ ਰਹੋ ਤੁਸੀਂ, ਇੱਦਾਂ ਹੀ ਅੱਜ ਗੱਲਾਂ ਲੰਬੀਆਂ ਚੱਲੀਆਂ ਗਈਆਂ, ਵਿਹਲੇ ਸੀਗੇ, ਅਤੇ ਟੇਪ ਛੇਤੀ, ਉਦੋਂ ਪਹਿਲਾਂ ਲੋਕਡਾਊਨ ਗਾਣਾ, ਅਤੇ ਮੇਰੀ ਦੁਬਾਰਾ ਫਿਰ ਸਿੱਧੂ ਨੂੰ ਇਹਦਾ ਸਨੀ ਨੂੰ ਵੀ ਕਹਿੰਦਾ ਭਰਾ ਉਸਤਾਦ ਜੀ ਇਕੱਠੇ ਰਹੋ, ਉਸ ਤੋਂ ਬਾਅਦ ਇਕੱਠੇ ਵਰਗੀ ਰੀਸ ਨਹੀਂ ਹੁੰਦੀ, ਇੱਕ ਇੱਕ ਹੀ ਹੁੰਦਾ, 2-11 ਹੀ ਹੁੰਦੇ ਆ, ਅਤੇ ਲਵ ਯੂ ਤੁਹਾਨੂੰ ਸਾਰਿਆਂ ਨੂੰ, ਕੱਟਣ ਦਾ ਜੀ ਕਰਦਾ ਨਹੀਂ। ਫਿਲਹਾਲ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੁਣ ਤੁਹਾਡੇ ਕੀ ਰਿਐਕਸ਼ਨ ਨੇ, ਸਾਨੂੰ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ।